ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰਾਂਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦਿਆਵੋ ਹਿਰਦਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ਼੍ਰੀ ਗੁਰੂ ਹਰਗੋਬਿੰਦ ਸੁਭ ਸਮਤ ਪਰ ਕਾਸਕ ਗੁਰੂ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕੇਰ ਪਾਲਾ ਪਰਮ ਕੇਰ ਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਧਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸ੍ਰੀ ਨਾਨਕ ਸੁਖ ਸਿੰਧ ਕੋ ਹਾਥ ਜੋੜ ਪ੍ਰਣਾਮ ਜਿਸ ਕਰੁਣਾ ਤੇ ਵੱਡ ਅਗੀ ਪਾਵਹਿ ਗਤ ਬਿਸਰਾਮ ਸ੍ਰੀ ਨਾਨਕ ਸੁਖ ਸਿੰਧ ਕੋ ਵਾਹ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਚਬਰ ਛਤਰ ਤਖਤ ਦੇ ਮਾਲਕ, ਦਸ ਪਾਤਸ਼ਾਹੀਆਂ ਦੇ ਆਤਮਕ ਸਵਰੂਪ, ਜਾਗਦੀ ਜੋਤ, ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਜ਼ੂਰ ਦੀ ਪਰਮ ਦਇਆ ਸਦਕਾ ਸਤਸੰਗਤ ਦਾ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ। ਮਹਾਰਾਜ ਜੀ ਦੇ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ, ਆਓ ਪਿਆਰ ਸ਼ਰਧਾ ਨਾਲ ਮਨ ਇਕਾਗਰ ਕਰਕੇ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਤਲਵੰਡੀ ਨਗਰ ਦੇ ਅੰਦਰ ਸਤਿਗੁਰੂ ਜੀ ਨੇ ਬਾਲ ਲੀਲਾ ਕੀਤੀ ਹੈ। ਹਰਦਾਸ ਵੈਦ ਜੀ ਦਾ ਸਤਿਗੁਰਾਂ ਜੀ ਨੇ ਉਧਾਰ ਕੀਤਾ। ਇਹ ਪ੍ਰਸੰਗ ਕੱਲ੍ਹ ਲੰਘਿਆ ਹੈ। ਸੱਚੇ ਪਾਤਸ਼ਾਹ ਜੀ ਦੀ ਬਾਂਹ ਪਕੜ ਕਰਕੇ ਜਦੋਂ ਹਰਦਾਸ ਜੀ ਨੇ ਨਬਜ ਵੇਖਣੀ ਚਾਹੀ, ਸਤਿਗੁਰੂ ਜੀ ਆਪਣੀ ਬਾਜੂ ਪੰਡਿਤ ਵਾਹਿਗੁਰੂ ਵੈਦ ਜੀ ਦੇ ਹੱਥ ਵਿੱਚੋਂ ਮਹਾਰਾਜ ਨੇ ਖਿੱਚ ਲਿਆ। ਉੱਠ ਕਰਕੇ ਬੈਠ ਗਏ ਵੈਦ ਜੀ ਨੂੰ ਸ੍ਰੇਸ਼ਟ ਮਤ ਦੇਣ ਵਾਸਤੇ। ਸਤਿਗੁਰੂ ਜੀ ਨੇ ਪੁੱਛਿਆ ਕਿ ਤੁਸੀਂ ਸਾਡਾ ਹੱਥ ਕਿਉਂ ਆਪਣੇ ਹੱਥ ਵਿੱਚ ਪਕੜ ਰਹੇ ਸੀ, ਕੀ ਹੈ ਤੁਹਾਡੇ ਮਨ ਦੇ ਅੰਦਰ? ਤਾਂ ਹਰਦਾਸ ਜੀ ਕਹਿਣ ਲੱਗੇ, ਮੈਂ ਤੁਹਾਡੇ ਸਰੀਰ 'ਚੋਂ ਰੋਗ ਲੱਭ ਰਿਹਾ ਹਾਂ ਕਿ ਕੋਈ ਵੈ ਪਿੱਤ ਕਫ ਰੁਦਰ ਵਿਗਾੜ ਆਦਿਕ ਜੇ ਕੋਈ ਚਾਰ ਦੋਸ਼ ਹਨ, ਇਹਨਾਂ ਦੇ ਵਿਗਾੜ ਕਰਕੇ ਸਰੀਰ ਵਿੱਚ ਰੋਗ ਹੁੰਦਾ ਹੈ, ਅਤੇ ਜਦੋਂ ਮੈਂ ਰੋਗ ਲੱਭ ਕੇ ਫਿਰ ਦਵਾਈ ਦੇਵਾਂਗਾ ਅਤੇ ਉਹ ਰੋਗ ਨਾਸ਼ ਹੋਵੇਗਾ, ਭੁੱਖ ਲੱਗੇਗੀ, ਰੁਚੀ ਨਾਲ ਭੋਜਨ ਖਾ ਸਕੋਗੇ, ਸਰੀਰ ਫਿਰ ਜਿਹੜਾ ਹੈ ਉਹ ਬੜਾ ਰਿਸ਼ਟ ਪੁਸ਼ਟ ਹੋ ਜਾਵੇਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਤੇ ਸਮੇਂ ਕਹਿਣ ਲੱਗੇ, ਇਹ ਹਰਦਾਸ ਜੀ ਜਦੋਂ ਆਪਣਾ ਸਰੀਰ ਹੀ ਰੋਗੀ ਹੋਵੇ, ਉਹ ਵੈਦ ਕਿਵੇਂ ਕਿਸੇ ਨੂੰ ਦਵਾਈ ਦੇ ਸਕਦਾ ਹੈ? ਮਹਾਰਾਜ ਨੇ ਵੈਦ ਜੀ ਨੂੰ ਸਮਤ ਦੇਣ ਲੱਗੀ। ਇਹ ਸਤਿਗੁਰਾਂ ਜੀ ਨੇ ਫਿਰ ਸ਼ਲੋਕ ਉਚਾਰਨ ਕੀਤਾ ਸੀ, ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਹ, ਭੋਲਾ ਵੈਦ ਨਾ ਜਾਣਈ, ਕਰਕ ਕਲੇਜੇ ਮਾਹੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਹ ਹਰਦਾਸ ਵੈਦ ਸਾਡੇ ਕਾਲਜੇ ਦੇ ਅੰਦਰ ਪਰਮੇਸ਼ਰ ਨੂੰ ਮਿਲਣ ਦੀ ਕਰਕ ਪੀੜਾ ਲੱਗੀ ਹੋਈ ਹੈ, ਇਸ ਨੂੰ ਤੂੰ ਨਹੀਂ ਜਾਣਦਾ। ਸੱਚੇ ਪਾਤਸ਼ਾਹ ਜੀ ਨੇ ਮਨ ਦੇ ਛੁਪੇ ਰੋਗ ਵੀ ਜਿਹੜੇ ਹੈ ਉਹ ਸਤਿਗੁਰਾਂ ਜੀ ਨੇ ਫਿਰ ਦੱਸੇ। ਇੱਥੇ ਪ੍ਰਕਰਨ ਵਿੱਚ ਕਵੀਰਾਜ ਜੀ ਨੇ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਸ਼ਬਦ, ਜਿਹੜਾ ਵੈਦ ਦੇ ਪ੍ਰਥਾਏ, ਇਹ ਖਡੂਰ ਸਾਹਿਬ ਵਿੱਚ ਸਿੱਖਾਂ ਨੇ ਮਹਾਰਾਜ ਨੂੰ ਪੁੱਛਿਆ ਸੀ ਗਰੀਬ ਨਿਵਾਜ, ਹਜ਼ੂਰ ਨੇ ਜੋ ਵੈਦ ਦੱਸਿਆ ਹੈ ਉਹ ਭਲਾ ਵੈਦ ਕਿਹੋ ਜਿਹਾ ਹੋਣਾ ਚਾਹੀਦਾ, ਆਪ ਕਿਰਪਾ ਕਰਕੇ ਦੱਸੋ। ਅਤੇ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਖਿਆ ਸੀਗਾ
ਕਿ ਵੈਦਾ ਵੈਦ ਸੋ ਵੈਦ ਤੋਂ ਪਹਿਲਾ ਰੋਗ ਪਛਾਣ, ਵੈਦਾਂ ਵਿੱਚੋਂ ਸੋ ਸ੍ਰੇਸ਼ਟ ਵੈਦ ਤਾਂ ਮਹਾਰਾਜ ਕਹਿੰਦੇ ਉਹ ਹੀ ਹੈ ਨਾ ਜਿਹੜਾ ਪਹਿਲੋਂ ਸਿੱਖੋ ਰੋਗ ਦੀ ਪਹਿਚਾਣ ਕਰ ਲਵੇ ਅਤੇ ਫਿਰ ਰੋਗ ਦੀ ਪਛਾਣ ਕਰਕੇ ਐਸਾ ਦਾਰੂ ਲੋੜ ਲਹੋ, ਫਿਰ ਇਹੋ ਜਿਹਾ ਦਾਰੂ ਇਹੋ ਜਿਹੀ ਦਵਾਈ ਜਿਹੜੀ ਹੈ ਉਹ ਫਿਰ ਲਾ ਦੇਵੇ ਭਾਵ ਦੇਵੇ, ਇਹੋ ਜਿਹੀ ਦਵਾਈ ਪ੍ਰਾਪਤ ਕਰ ਲੈਣੀ ਚਾਹੀਦੀ ਹੈ ਜਿਤ ਵੰਝਿਆ ਰੋਗਾਂ ਘਾਣ, ਜਿਸ ਕਰਕੇ ਕਿ ਸਮੂਹ ਸਾਰੇ ਹੀ ਰੋਗਾਂ ਦਾ ਨਾਸ਼ ਹੋ ਜਾਵੇ। ਜਿਤ ਦਾਰੂ ਰੋਗ ਉੱਠੀ ਹੈ ਜਿਸ ਦਵਾਈ ਨਾਲ ਜਿਸ ਜਿਹੜੀ ਹੈ ਇਲਾਜ ਨਾਲ ਰੋਗ ਸਾਰੇ ਉੱਠ ਜਾਣ ਸਰੀਰ ਦੇ ਅੰਦਰੋਂ ਨਾਸ਼ ਹੋ ਜਾਣ ਅਤੇ ਤਨ ਅੰਦਰ ਆਤਮਕ ਆਨੰਦ ਦਾ ਸੁੱਖ ਆ ਕਰਕੇ ਵਸ ਜਾਵੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਐਸਾ ਵੈਦ ਲੋੜ ਲੈਣਾ ਚਾਹੀਦਾ ਹੈ ਅਤੇ ਰੋਗ ਗਵਾਏ ਇਹ ਆਪਣਾ, ਜਿਹੜਾ ਆਪਣੇ ਰੋਗ ਨੂੰ ਪਹਿਲਾਂ ਗਵਾ ਲਵੇ ਤਾਂ ਮਹਾਰਾਜ ਕਹਿੰਦੇ ਤਾਂ ਨਾਨਕ ਵੈਦ ਸਦਾਏ। ਹਜ਼ੂਰ ਗੁਰੂ ਅੰਗਦ ਸਾਹਿਬ ਨੇ ਸਿੱਖਾਂ ਨੂੰ ਦੱਸਿਆ ਤਾਂ ਉਸ ਨੂੰ ਵੈਦ ਆਖਣਾ ਚਾਹੀਦਾ ਹੈ, ਉਹ ਵੈਦ ਸਦਵਾ ਸਕਦਾ ਅਖਵਾ ਸਕਦਾ ਹੈ। ਅਰਦਾਸ ਜੀ ਨੇ ਮਹਾਰਾਜ ਦੇ ਚਰਨ ਪਕੜ ਲਏ। ਸਤਿਗੁਰੂ ਜੀ ਨੇ ਕਿਹਾ ਜੇ ਤੁਹਾਡੀ ਰੁਚੀ ਹੈ ਤਾਂ ਦੱਸੀਏ ਕਿ ਰੋਗ ਕੀ ਅਤੇ ਉਹਦੇ ਇਲਾਜ ਕੀ ਹੈ। ਹਾਂ ਮਹਾਰਾਜ ਦੱਸੋ, ਕਿਰਪਾ ਕਰੋ। ਅਰਦਾਸ ਜੀ ਨੇ ਕਿਸੇ ਕੋਲੋਂ ਮਹਾਰਾਜ ਦੀ ਉਸਤਤ ਸੁਣੀ ਸੀ, ਦਰਸ਼ਨ ਕਰਨ ਦਾ ਸੁਭਾਗ ਮਿਲਿਆ, ਮਨ ਜਾਗ ਪਿਆ, ਸਤਿਗੁਰਾਂ ਜੀ ਦੇ ਅੱਗੇ ਹੱਥ ਜੋੜ ਲਏ। ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਕਿਹਾ ਅਰਦਾਸ ਜੀ ਮਨ ਨੂੰ ਹਉਮੈ ਦਾ ਰੋਗ ਚਿੰਬੜਿਆ ਹੋਇਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਫਿਰ ਆਸਾ ਅਤੇ ਤ੍ਰਿਸ਼ਨਾ ਦੀ ਵਿਸ਼ਿਆਂ ਦੇ ਵਾਸ਼ਨਾ ਦੀ ਖਾਂਸੀ ਲੱਗੀ ਹੋਈ ਹੈ। ਇਸ ਪ੍ਰਕਾਰ ਜਿਹੜਾ ਕਿਸੇ ਦਾ ਪ੍ਰਤਾਪ ਨਾ ਵੇਖਣਾ, ਕਿਸੇ ਦਾ ਧਨ ਵੇਖ ਕਰਕੇ ਨਾ ਜਰਨਾ, ਕਿਸੇ ਦਾ ਇਸ ਪ੍ਰਕਾਰ ਜਸ ਵੇਖ ਕਰਕੇ ਨਾ ਜਰਨਾ ਅਤੇ ਕਿਸੇ ਨੂੰ ਸੁਖੀ ਵੇਖ ਕਰਕੇ ਬਰਦਾਸ਼ਤ ਨਾ ਕਰਨਾ, ਇਹ ਮਹਾਰਾਜ ਕਹਿੰਦੇ ਬਦਹਜ਼ਮੀ ਜਿਹੜੀ ਹੈ ਇਹ ਰੋਗ ਚਿੰਬੜਿਆ ਹੋਇਆ ਹੈ। ਫਿਰ ਨਿੰਦਾ ਕਰਨ ਰੂਪੀ ਉਲਟੀਆਂ ਜੀਵ ਨੂੰ ਲੱਗੀਆਂ ਹੋਈਆਂ ਹਨ। ਇਹ ਸੱਚੇ ਪਾਤਸ਼ਾਹ ਜੀ ਨੇ ਇੱਕ ਇੱਕ ਰੋਗ ਮਹਾਰਾਜ ਦੱਸ ਕੇ ਫਿਰ ਸਤਿਗੁਰਾਂ ਜੀ ਨੇ ਨਾਲ ਨਾਲ ਉਹਨਾਂ ਦਾ ਇਲਾਜ, ਉਹਨਾਂ ਦੀ ਦਵਾਈ ਹਜ਼ੂਰ ਨੇ ਦੱਸੀ। ਅਰਦਾਸ ਜੀ ਸੱਚੇ ਪਾਤਸ਼ਾਹ ਦੇ ਅੱਗੇ ਹੱਥ ਜੋੜ ਲਏ, ਮੇਰੇ 'ਤੇ ਕਿਰਪਾ ਕਰੋ। ਮਹਾਰਾਜ ਕਹਿੰਦੇ ਸਤਸੰਗਤ ਕਰਿਆ ਕਰੋ। ਅਰਦਾਸ ਜੀ ਨਮਸਕਾਰ ਕਰਕੇ ਤੁਰ ਪਏ। ਕੁਝ ਹੀ ਦਿਨਾਂ ਵਿੱਚ ਸਤਸੰਗਤ ਕਰਦਿਆਂ ਮਨ ਦਾ ਭਰਮ ਨਾਸ਼ ਹੋ ਗਿਆ, ਵਾਹਿਗੁਰੂ ਦਾ ਨਾਮ ਚਿੱਤ ਵਿੱਚ ਸਮਾ ਗਿਆ, ਨਿਹਾਲ ਹੋ ਗਏ ਅਰਦਾਸ ਜੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਉਂ ਉਹਨਾਂ ਦੇ ਹਿਰਦੇ ਦਾ ਭਰਮ ਜਿਹੜਾ ਸੀ ਨਾਸ਼ ਕੀਤਾ। ਅੱਗੇ ਜਿਵੇਂ 14 ਹੁਣ ਪ੍ਰਸੰਗ ਆਰੰਭ ਹੋ ਰਿਹਾ ਹੈ, ਆ ਫੋਨ ਚੁੱਕ ਕੇ ਉੱਪਰ ਰੱਖ ਦਿਓ। ਜਿਵੇਂ 14 ਪ੍ਰਸੰਗ ਆਰੰਭ ਹੋ ਰਿਹਾ, ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਨਾਨਕ ਸੁਖ ਸਿੰਧ ਕੋ। ਕਵੀਰਾਜ ਅਧਿਆ ਦੀ ਆਰੰਭਤਾ ਕਰਦੇ ਹੋਏ ਸੱਚੇ ਪਾਤਸ਼ਾਹ ਜੀ ਦੇ ਚਰਣਾਂ ਤੇ ਨਮਸਕਾਰ ਕਰਦੇ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਨਾਮ ਦਾ ਮੰਗਲਾ ਚਰਨ ਕਰਦੇ ਹੋਏ ਫਰਮਾਉਂਦੇ ਹਨ, ਸ੍ਰੀ ਨਾਨਕ ਸੁਖ ਸਿੰਧ ਕੋ। ਸ੍ਰੀ ਜੋ ਸ਼੍ਰੋਮਣੀ ਹਨ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਜੋ ਸੁੱਖਾਂ ਦੇ ਸਿੰਧ ਸਮੁੰਦਰ ਹਨ। ਹਾਥ ਜੋਰ ਪ੍ਰਣਾਮ। ਕਵੀਰਾਜ ਕਹਿੰਦੇ ਨੇ, ਸੁੱਖਾਂ ਦੇ ਸਮੁੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਮੈਂ ਦੋਵੇਂ ਹੱਥ ਜੋੜ ਕਰਕੇ ਨਮਸਕਾਰ ਕਰਦਾ ਹਾਂ। ਜਿਸ ਕਰੁਣਾ ਤੇ ਵੱਡ ਅਗੀ, ਜਿਨ੍ਹਾਂ ਦੀ ਕਿਰਪਾ ਕਰਕੇ ਵੱਡੇ ਵੱਡੇ ਜਿਹੜੇ ਪਾਪੀ ਹਨ ਪਾਵਹੇ ਗਤ ਬਿਸਰਾਮ, ਪਾ ਲੈਂਦੇ ਨੇ ਗਤ ਮੁਕਤੀ ਨੂੰ ਤੇ ਬਿਸਰਾਮ ਟਕਾ ਮਿਲ ਜਾਂਦਾ ਜੂਨਾਂ ਦੇ ਭਟਕਣ ਤੋਂ, ਟਕਾ ਮਿਲ ਜਾਂਦਾ ਜਿਨ੍ਹਾਂ ਨੂੰ ਵਾਹਿਗੁਰੂ ਜੀ ਦੇ ਨਾਮ ਵਿੱਚ ਟਿਕਾ ਮਿਲ ਜਾਂਦਾ ਹੈ ਫੁਰਨਿਆਂ ਤੋਂ। ਐਸੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੀ ਕਿਰਪਾ ਦੇ ਨਾਲ ਵੱਡੇ ਵੱਡੇ ਪਾਪੀਆਂ ਦੇ ਮਨ ਨਾਮ ਵਿੱਚ ਟਿਕ ਜਾਂਦੇ ਹੈ, ਅਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕਿਰਪਾ ਦ੍ਰਿਸ਼ਟੀ ਦੇ ਨਾਲ ਮਹਾਨ ਮੁਕਤੀ ਦੀ ਦਾਤ ਪਾ ਕਰਕੇ ਨਿਹਾਲ ਹੁੰਦੇ ਹਨ। ਜੀਆਂ ਦਾ ਭਲਾ ਹੁੰਦਾ ਸਤਿਗੁਰਾਂ ਜੀ ਦੀ ਕਿਰਪਾ ਪਾ ਕਰਕੇ। ਚਾਉ ਪਈ ਤੇਹ ਕਰੁਣਾ ਕੀ ਹਮਰੇ ਟੇਕੂ। ਜਿਹੜੀ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਕਿਰਪਾ ਹੈ ਨਾ, ਉਸ ਕਿਰਪਾ ਦਾ ਹੀ ਕਵੀਰਾਜ ਕਹਿੰਦੇ ਮੇਰੇ ਮਨ ਵਿੱਚ ਆਸਰਾ ਹੈ, ਹੋਰ ਕੋਈ ਆਸਰਾ ਨਹੀਂ ਮੈਨੂੰ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਤਿਗੁਰਾਂ ਜੀ ਦੀ ਜੋ ਕਰੁਣਾ ਹੈ, ਕਿਰਪਾ ਹੈ, ਅਪਾਰ ਬਖਸ਼ਿਸ਼ ਹੈ, ਉਸ ਬਖਸ਼ਿਸ਼ ਦੀ ਟੇਕ ਹੈ, ਆਸਰਾ ਹੈ ਸਾਡੇ ਮਨ ਦੇ ਅੰਦਰ। ਸਮਤ ਨਾ ਉਕਤ ਨਾ ਮੁਝ ਔਰ ਏਕੂ। ਮੇਰੇ ਅੰਦਰ ਸ੍ਰੇਸ਼ਟ ਮਤ ਨਹੀਂ ਹੈ ਤੇ ਉਕਤੀਆਂ ਜੁਗਤੀਆਂ ਜਿਹੜੀਆਂ ਹਨ, ਇਸ ਪ੍ਰਕਾਰ ਦਲੀਲਾਂ ਬਾ ਦਲੀਲ, ਇਹ ਮੇਰੇ ਅੰਦਰ ਥੋੜੀਆਂ ਜਿੰਨੀਆਂ ਵੀ ਨਹੀਂ ਹਨ। ਸੋ ਇਸ ਪ੍ਰਕਾਰ ਕਵੀਰਾਜ ਕਹਿੰਦੇ ਹੈ, ਮੇਰੇ ਅੰਦਰ ਸ੍ਰੇਸ਼ਟ ਮਤ ਨਹੀਂ ਹੈ, ਕਿਸੇ ਪ੍ਰਕਾਰ ਕੋਈ ਵਿਵੇਕ ਨਹੀਂ ਹੈ ਦਲੀਲਾਂ ਦੇ ਦੇਣ ਦਾ, ਫਿਰ ਪੜੋ। ਸੁਮਤ ਨਾ ਉਕਤ ਨਾ ਮੁਝ ਔਰ ਏਕੂ। ਮੇਰੇ ਹਿਰਦੇ ਦੇ ਅੰਦਰ ਇੱਕ ਵੀ ਉਗਤੀਆਂ ਜੁਗਤੀਆਂ ਲਾਉਣ ਦਾ ਕੋਈ ਗਿਆਨ ਨਹੀਂ, ਸ੍ਰੇਸ਼ਟ ਮਤ ਨਹੀਂ ਹੈ ਮੇਰੇ ਅੰਦਰ। ਰੁਚ ਉੱਚੀ ਮਨ ਕੀ ਮਤ ਕੀਰਾ। ਤੇ ਜਿਹੜੀ ਰੁਚੀ ਹੈ ਨਾ, ਇੱਛਾ ਸ੍ਰੀ ਗੁਰੂ ਜੀ ਦਾ ਜਸ ਲਿਖਣ ਦੀ, ਮਹਾਰਾਜ ਦੇ ਇਤਿਹਾਸ ਦੇ ਲਿਖਣ ਦੀ, ਇਹ ਮੇਰੀ ਜਿਹੜੀ ਰੁਚੀ ਹੈ, ਇੱਛਾ, ਇਹ ਤਾਂ ਬਹੁਤ ਉੱਚੀ ਇੱਛਾ ਮੈਂ ਕਰ ਲਈ ਹੈ, ਪਰ ਜਿਹੜੀ ਮੇਰੀ ਮਤ ਹੈ ਇਹ ਤਾਂ ਬੜੀ ਕੰਗਾਲ ਹੈ, ਮੇਰੀ ਮਤ ਜਿਹੜੀ ਬੜੀ ਹੋਛੀ ਹੈ, ਬੜੀ ਤੁੱਛ ਹੈ ਮੇਰੀ ਮਤ। ਇਉਂ ਕਵੀਰਾਜ ਜੀ ਨਿਮਰਤਾ ਪੂਰਵਕ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹੈ, ਮਹਾਰਾਜ ਆਪ ਜੀ ਦਾ ਜਸ ਬੜਾ ਮਹਾਨ ਪਵਿੱਤਰ ਹੈ, ਆਪ ਜੀ ਦੇ ਜਸ ਲਿਖਣ ਦੀ ਮੈਂ ਇੱਛਾ ਕਰ ਲਈ ਹੈ, ਇਹ ਬਹੁਤ ਉੱਚੀ ਹੈ ਇੱਛਾ, ਪਰ ਮੇਰੀ ਮਤ ਤਾਂ ਮਹਾਰਾਜ ਬੜੀ ਹੀ ਜਿਹੜੀ ਹੋਛੀ ਹੈ, ਤੁੱਛ ਹੈ ਮੇਰੀ ਮਤ। ਮਿਲੇ ਨਾ ਕੌਡੀ ਚਾਹੂੰ ਹੀਰਾ। ਪ੍ਰਾਪਤ ਤਾਂ ਮੈਨੂੰ ਕੌਡੀ ਨਹੀਂ ਹੈ, ਪਰ ਮੈਂ ਚਾਹੁੰਦਾ ਹਾਂ ਕਿ ਮੈਨੂੰ ਮਹਾਰਾਜ ਦਾ ਨਾਮ ਰੂਪੀ ਹੀਰਾ ਪ੍ਰਾਪਤ ਹੋ ਜਾਵੇ।
ਮੈਂ ਚਾਹੁੰਦਾ ਹਾਂ ਗੁਰੂ ਨਾਨਕ ਸਾਹਿਬ ਜੀ ਦਾ ਜਸ ਰੂਪੀ ਹੀਰਾ ਮੈਨੂੰ ਪ੍ਰਾਪਤ ਹੋ ਜਾਵੇ, ਪਰ ਮਿਲ ਤਾਂ ਮੈਨੂੰ ਕੌਡੀ ਨਹੀਂ ਮਿਲੀ, ਪ੍ਰਾਪਤ ਨਹੀਂ ਹੈ ਕੌਡੀ ਵੀ। ਜਿਉਂ ਜਿਉਂ ਮਤ ਦੇ ਮੁਝੇ ਬੁਲਾਈ। ਫਿਰ ਕਵੀ ਰਾਜ, ਤੁਸੀਂ ਏਡਾ ਵੱਡਾ ਗ੍ਰੰਥ ਮਹਾਰਾਜ ਦੇ ਜਸ ਦਾ ਕਿਵੇਂ ਲਿਖ ਲਿਆ? ਕਿਉਂਕਿ ਕਵੀਰਾਜ ਕਹਿੰਦੇ ਕੌਡੀ ਜਿੰਨੀ ਮਤ ਨਹੀਂ ਮੇਰੇ ਕੋਲ, ਤੇ ਮੈਂ ਚਾਹ ਰਿਹਾ ਹਾਂ, ਇੱਛਾ ਕਰ ਰਿਹਾ ਹਾਂ ਹੀਰੇ ਦੀ ਪ੍ਰਾਪਤੀ, ਗੁਰੂ ਨਾਨਕ ਸਾਹਿਬ ਦੇ ਜਸ ਦੀ। ਕਵੀਰਾਜ, ਏਡਾ ਮਹਾਨ ਗ੍ਰੰਥ ਆਪ ਜੀ ਨੇ ਲਿਖਿਆ, ਇਹ ਫਿਰ ਕਿਵੇਂ ਲਿਖ ਲਿਆ? ਉਸ ਦਾ ਉੱਤਰ ਕਵੀਰਾਜ ਦਿੰਦੇ ਹਨ, ਜਿਉਂ ਜਿਉਂ ਮਤ ਦੇ ਮੁਝੇ ਬੁਲਾਈ। ਜਿਵੇਂ ਜਿਵੇਂ ਮੈਨੂੰ ਮਤ ਦੇ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਬੁਲਾਉਂਦੇ ਨੇ, ਤਿਉਂ ਤਿਉਂ ਲਿਖੋ ਕਥਾ ਸੁਖਦਾਈ। ਤਿਵੇਂ ਤਿਵੇਂ ਮੈਂ ਸੁੱਖਾਂ ਨੂੰ ਦੇਣ ਵਾਲੀ ਇਹ ਸ਼੍ਰੀ ਗੁਰੂ ਜੀ ਦੀ ਕਥਾ ਲਿਖਵਾਉਂਦਾ ਹਾਂ, ਆਪਣੇ ਮੁਖ ਤੋਂ ਮੈਂ ਉਚਾਰਦਾ ਹਾਂ ਕਵਿਤਾ, ਜਿਵੇਂ ਜਿਵੇਂ ਸੱਚੇ ਪਾਤਸ਼ਾਹ ਮੇਰੀ ਮਤ ਨੂੰ ਪ੍ਰੇਰਦੇ ਹਨ। ਸ਼ਕਤ ਨਹੀਂ ਇੱਕ ਪਦ ਰਚਨਾ ਕੀ। ਇੱਕ ਬੰਦ ਵੀ ਰਚਨ ਦੀ, ਕਵਿਤਾ ਦੇ ਜਿਹੜੇ ਪਦ ਬੰਦ ਹੁੰਦੇ ਆ ਨਾ, ਕਵੀਰਾਜ ਕਹਿੰਦੇ ਆ ਇੱਕ ਬੰਦ ਵੀ ਰਚਨ ਦੀ ਮੇਰੇ ਵਿੱਚ ਸ਼ਕਤੀ ਨਹੀਂ ਹੈ ਕਿ ਮੈਂ ਕਵਿਤਾ ਦਾ ਇੱਕ ਬੰਦ ਵੀ ਉਚਾਰਨ ਕਰ ਸਕਾਂ। ਗ੍ਰੰਥ ਕਰਨ ਇਹ ਕਰੁਣਾ ਤਾਂ ਕੀ। ਜਿਹੜਾ ਇਹ ਗ੍ਰੰਥ ਕਰ ਰਿਹਾ ਹਾਂ ਨਾ ਤਿਆਰ, ਇਹ ਕਿਰਪਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ। ਧੰਨ ਕਵੀਰਾਜ, ਐਡੀ ਵੱਡੀ ਮਿਹਨਤ ਹੈ ਜ਼ਿੰਦਗੀ ਦੀ, ਪਰ ਕਹਿੰਦੇ ਨੇ ਕੋਈ ਮੇਰੀ ਮਿਹਨਤ ਨਹੀਂ, ਇਹ ਤਾਂ ਜੋ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਹੈ, ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ, ਇਹ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਸਭ ਕੁਝ ਵਰਤਾਰਾ ਵਰਤਿਆ ਹੈ। ਮੇਰੇ ਅੰਦਰ ਤਾਂ ਸ੍ਰੇਸ਼ਟ ਮਤ ਨਹੀਂ, ਕੌਡੀਆਂ ਵਰਗੇ ਇਸ ਪ੍ਰਕਾਰ ਜਿਹੜੇ ਹਨ, ਮੈਨੂੰ ਕੌਡੀ ਵਰਗਾ ਕੋਈ ਗੁਣ ਨਹੀਂ ਪ੍ਰਾਪਤ, ਭਾਵ ਔਗਣਾਂ ਨਾਲ ਮੈਂ ਭਰਿਆ ਹੋਇਆ, ਅਤੇ ਸੱਚੇ ਪਾਤਸ਼ਾਹ ਜੀ ਦਾ ਜਸ ਰੂਪੀ ਹੀਰਾ ਚਾਹੁੰਦਾ ਹਾਂ। ਇਸ ਪ੍ਰਕਾਰ ਕਹਿੰਦੇ ਹੈ ਕਿ ਇਹ ਸਤਿਗੁਰਾਂ ਜੀ ਨੇ ਜਿਵੇਂ ਜਿਵੇਂ ਮੇਰੀ ਮਤ ਨੂੰ ਪ੍ਰੇਰਿਆ ਹੈ, ਜਿਵੇਂ ਜਿਵੇਂ ਮਹਾਰਾਜ ਮੈਨੂੰ ਅਕਲ ਦਿੰਦੇ ਹੈ, ਸੋਝੀ ਦਿੰਦੇ ਹੈ, ਤਿਵੇਂ ਤਿਵੇਂ ਮੈਂ ਕਵਿਤਾ ਨੂੰ ਰਚਦਾ ਹਾਂ। ਨਹੀਂ ਤਾਂ ਇੱਕ ਵੀ ਸ਼ਬਦ ਦਾ ਬੰਦ ਉਚਾਰਨ ਵਾਸਤੇ, ਕਵਿਤਾ ਦਾ ਇੱਕ ਵੀ ਪਦ ਉਚਾਰਨ ਵਾਸਤੇ ਮੇਰੇ ਅੰਦਰ ਸ਼ਕਤੀ ਨਹੀਂ ਹੈ, ਇਹ ਤਾਂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੈ ਜੋ ਮਹਾਰਾਜ ਨੇ ਮੇਰੇ ਵਰਗੇ ਕੋਲੋਂ ਐਡੀ ਵੱਡੀ ਸੇਵਾ ਲਈ ਤੇ ਗ੍ਰੰਥ ਦੀ ਰਚਨਾ ਕਰਵਾ ਦਿੱਤੀ। ਇਹ ਗ੍ਰੰਥ ਦੀ ਰਚਨਾ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਹੈ। ਸ੍ਰੀ ਬਾਲਾ ਸੰਦੁਰ ਵਾਚ। ਹਾਂਜੀ, ਚਾਉ ਪਈ ਸ੍ਰੀ ਅੰਗਦ ਸੁਣੀਏ ਕਹਿ ਬਾਲਾ। ਭਾਈ ਬਾਲਾ ਜੀ ਕਹਿੰਦੇ ਹੈ ਖਡੂਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਜੀਵਨ ਗਾਥਾ ਇਹ ਸਤਿਗੁਰੂ ਜੀ ਸੁਣ ਰਹੇ ਹੈ। ਮਹਾਰਾਜ ਦੇ ਸਨਮੁਖ ਬੈਠੇ ਹੋਏ ਭਾਈ ਬਾਲਾ ਜੀ, ਕਿਹੋ ਜਿਹਾ ਵਾਤਾਵਰਨ ਹੋਵੇਗਾ ਖਡੂਰ ਸਾਹਿਬ ਦੀ ਧਰਤੀ ਦਾ, ਜਿਸ ਦੀ ਬਾਬਤ ਕਰਿਆ ਕਿਹਾ ਹੈ ਕਿ ਵਰਿਆ ਦਰਗ ਹੈ ਗੁਰੂ ਕੀ ਕੁਦਰਤੀ ਨੂਰ, ਜਿੱਥੇ ਕੁਦਰਤ ਦੇ ਨੂਰ ਦੀ ਵਰਖਾ ਹੁੰਦੀ ਸੀ ਧੰਨ ਗੁਰੂ ਅੰਗਦ ਸਾਹਿਬ ਦੇ ਦਰਬਾਰ ਦੇ ਅੰਦਰ। ਭਾਈ ਬਾਲਾ ਜੀ, ਮਹਾਰਾਜ ਗੁਰੂ ਨਾਨਕ ਸਾਹਿਬ ਦਾ ਪਵਿੱਤਰ ਜੀਵਨ ਕਹਿ ਰਹੇ ਹੈ, ਕਹਿੰਦੇ ਹਨ ਭਾਈ ਬਾਲਾ ਜੀ, ਹੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਸੁਣਨਾ ਕਰੋ ਸ੍ਰੀ ਸਤਿਗੁਰ ਕੀ ਕਥਾ ਰਸਾਲਾ। ਜੋ ਸ੍ਰੀ ਸ਼੍ਰੋਮਣੀ ਹਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਸਤਿਗੁਰਾਂ ਦੀ ਜੋ ਕਥਾ ਹੈ ਜੀਵਨ ਦੀ, ਜੋ ਰਸ ਦਾ ਆਲਾ ਘਾਰੀ ਹੈ, ਐਸੀ ਰਸਦਾਇਕ ਕਥਾ ਮਹਾਰਾਜ ਆਪ ਸੁਣਨਾ ਕਰੋ। ਕੋਈ ਇੱਕ ਦਿਨ ਪਰ ਰਹੇ ਨਿਕੇਤੂ। ਕੋਈ ਇੱਕ ਦਿਨ, ਕੋਈ ਇੱਕ ਦੋ ਦਿਨ ਸੱਚੇ ਪਾਤਸ਼ਾਹ ਜੀ ਮਹਾਰਾਜ
ਆਪਣੇ ਘਰ ਵਿੱਚ ਹੀ ਇਉਂ ਮਹਾਰਾਜ ਪਏ ਰਹੇ ਹੈ। ਵਿਚਰਹਿ ਨਹਿ ਬੇਦੀ ਕੁਲ ਕੇਤੂ, ਬੇਦੀਆਂ ਦੇ ਕੁਲ ਦੇ ਨਿਸ਼ਾਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਿਚਰਦੇ ਨਹੀਂ ਇੱਧਰ ਉੱਧਰ। ਕਬਹਿ ਕਰਹੇ ਕਾਲੂ ਪਰਤੀਤੂ, ਕਦੇ ਕਦੇ ਬਾਬਾ ਕਾਲੂ ਜੀ ਮਹਾਰਾਜ ਦੇ ਉੱਪਰ ਭਰੋਸਾ ਕਰਨ ਲੱਗ ਜਾਂਦੇ ਹੈ। ਬਚਨ ਸੁਣਤ ਬਿਸਮੈ ਹੋਏ ਚੀਤੂ, ਤੇ ਮਹਾਰਾਜ ਦੇ ਬਚਨ ਸੁਣ ਕਰਕੇ ਜਿਵੇਂ ਹਰਦਾਸ ਜੀ ਨੂੰ ਉਪਦੇਸ਼ ਦਿੱਤਾ ਸੀ, ਸੋ ਸਾਰੇ ਸਮਝਦੇ ਸਨ ਕਿ ਮਹਾਰਾਜ ਨੂੰ ਕੋਈ ਰੋਗ ਚਿੰਬੜ ਗਿਆ। ਪਰ ਜਿਹੜਾ ਵੈਦ ਦਵਾਈ ਦੇਣ ਆਇਆ ਸੀ ਉਹ ਤਾਂ ਸਗੋਂ ਮਹਾਰਾਜ ਕੋਲੋਂ ਹੀ ਦਵਾਈ ਲੈ ਕੇ ਨਿਹਾਲ ਹੋ ਗਿਆ। ਜਦੋਂ ਮਹਾਰਾਜ ਨੇ ਉਪਦੇਸ਼ ਦਿੱਤਾ ਉਦੋਂ ਸੁਣ ਕੇ ਤਾਂ ਸਭ ਹੈਰਾਨ ਹੋਏ। ਇਉਂ ਮਹਾਰਾਜ ਦੇ ਪਿਤਾ ਜੀ ਮਨ ਦੇ ਅੰਦਰ ਕਦੇ ਕਦੇ ਨਿਸ਼ਚਾ ਕਰਦੇ ਹੈ ਤੇ ਇਉਂ ਸੋਚਦੇ ਹਨ। ਪੜੋ ਫੇਰ, ਬਚਨ ਸੁਣਤ ਬਿਸਮੈ ਹੋਏ ਚੀਤੂ, ਬਚਨ ਸੁਣ ਕਰਕੇ ਬਾਬਾ ਕਾਲੂ ਜੀ ਮਨ ਵਿੱਚ ਸੋਚਦੇ ਹੈ ਕਿ ਚਿੱਤ ਤਾਂ ਬੜਾ ਹੈਰਾਨ ਹੋ ਜਾਂਦਾ ਜਦੋਂ ਇਹਨਾਂ ਦੀਆਂ ਗੱਲਾਂ ਸੁਣਦੇ ਆ। ਬਹੁਰ ਦੇ ਮਾਇਆ ਪਰਮਾਈ, ਜਿਵੇਂ ਨਿਸ਼ਚਾ ਆਉਣ ਲੱਗਦਾ ਨਾ, ਬਹੁਰੋ ਮਹਾਰਾਜ ਮਾਇਆ ਨੂੰ ਫਿਰ ਪ੍ਰੇਰਦੇ ਹੈ ਤੇ ਮਾਇਆ ਜਿਹੜੀ ਹੈ ਉਹ ਮਹਾਰਾਜ ਦੇ ਪਿਤਾ ਜੀ ਤੇ ਵਰਤ ਜਾਂਦੀ ਹੈ। ਚਿੱਤ ਜਿਹੜਾ ਉਹਨਾਂ ਦਾ ਭਰਮ ਵਿੱਚ ਪੈ ਜਾਂਦਾ ਏ। ਹਿਰਦੈ ਕੁਤਰਕ ਅਨੇਕ ਉਠਾਈ, ਹਿਰਦੇ ਵਿੱਚ ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਕੋਤਰਕਾਂ ਹਨ ਨਾ, ਖੋਟੀਆਂ ਤਰਕਾਂ, ਉਹ ਫਿਰ ਉਠਾਉਣ ਲੱਗ ਜਾਂਦੇ ਹੈ। ਬਚਨ ਕਹਿਣ ਮੈਂ ਇਹ ਗੁਣਸਾਲੀ, ਸੋਚਦੇ ਹੈ ਕਿ ਗੱਲਾਂ ਕਰਨ ਵਿੱਚ ਬਚਨ ਕਰਨ ਵਿੱਚ ਤਾਂ ਇਹ ਗੁਣਾਂ ਦੇ ਘਰ ਹੀ ਹਨ, ਭਾਵ ਗੱਲਾਂ ਬਹੁਤ ਆਉਂਦੀਆਂ ਨੇ। ਇਉਂ ਮਹਾਰਾਜ ਦਾ ਉਹ ਸਦਗਤੀ ਦੇਣ ਵਾਲਾ ਉਪਦੇਸ਼ ਹੈ, ਪਰ ਜਦੋਂ ਮਾਇਆ ਭਰਮਾ ਦਿੰਦੀ ਹੈ ਚਿੱਤ ਨੂੰ ਤੇ ਬਾਬਾ ਕਾਲੂ ਜੀ ਮਨ ਵਿੱਚ ਸੋਚਦੇ ਹੈ ਕਿ ਗੱਲਾਂ ਤਾਂ ਬਹੁਤ ਜ਼ਿਆਦੀਆਂ ਕਰਦੇ ਹੈ। ਧਨ ਖੱਟਣੇ ਕੀ ਜਾਨ ਨਾ ਚਾਲੀ, ਧਨ ਖੱਟਣੇ ਕੀ, ਜਿਹੜਾ ਧਨ ਨੂੰ ਕਮਾਉਣ ਦੀ ਜਿਹੜੀ ਰੀਤੀ ਹੈ ਤਰੀਕਾ ਹੈ ਉਹ ਤਾਂ ਇਹ ਇੱਕ ਵੀ ਨਹੀਂ ਜਾਣਦੇ। ਸੁਣ ਸੁਣ ਬਚ ਨਰ ਕਰੇ ਵਡਾਈ, ਜਿਹੜੇ ਲੋਕ ਵੈ ਉਹ ਤਾਂ ਇਹਨਾਂ ਦੇ ਬਚਨ ਸੁਣ ਸੁਣ ਕੇ ਬੜੀ ਵਡਿਆਈ ਕਰਦੇ ਆ। ਧਨ ਹਾਨੀ ਇਹ ਭੇਦ ਨਾ ਪਾਈ, ਤੇ ਧਨ ਦਾ ਕਿੱਡਾ ਵੱਡਾ ਨੁਕਸਾਨ ਕਰਦੇ ਆ ਇਸ ਗੱਲ ਦੇ ਭੇਦ ਨੂੰ ਲੋਕ ਨਹੀਂ ਜਾਣਦੇ ਹਨ। ਉਹਨਾਂ ਨੂੰ ਨਹੀਂ ਪਤਾ ਕਿ ਇਹ ਧਨ ਦਾ ਵੀ ਕਿੰਨਾ ਨੁਕਸਾਨ ਕਰਦੇ ਆ। ਧਨ ਤਾਂ ਕਮਾਉਣਾ ਹੀ ਨਹੀਂ ਆਉਂਦਾ, ਉਹ ਤਾਂ ਗੱਲਾਂ ਸੁਣ ਸੁਣ ਕੇ ਹੀ ਬੜੀ ਵਡਿਆਈ ਕਰਦੇ ਹੈ ਕਿ ਇਹ ਬੜੇ ਮਹਾਨ ਹਨ, ਅਵਤਾਰੀ ਪੁਰਖ ਹਨ। ਇਸ ਤਰ੍ਹਾਂ ਮਹਾਰਾਜ ਦੇ ਪਿਤਾ ਜੀ ਮਨ ਵਿੱਚ ਸੋਚਦੇ ਹੈ ਕਿ ਲੋਕ ਜਿਹੜੇ ਹੈ ਉਹ ਗੁਪਤ ਗੱਲ ਨੂੰ ਨਹੀਂ ਜਾਣਦੇ ਕਿ ਧਨ ਦਾ ਕਿੱਡਾ ਨੁਕਸਾਨ ਕਰਦੇ ਹੈ। ਪੁਨ ਰਿਤ ਪਰਵਿਰਤੀ ਹੇ ਮੰਤਾ, ਫਿਰ ਜਿਹੜੀ ਠੰਡ ਦੀ ਸਰਦ ਰੁੱਤ ਹੈ ਨਾ, ਇਹ ਚਾਰ ਸਵੇਰੇ ਤੇ ਸਮੇਂ ਛਾ ਗਈ ਹੈ, ਪ੍ਰਵਿਰਤ ਹੋਈ ਹੈ ਦੇਸ਼ ਦੀ ਧਰਤੀ ਅੰਦਰ। ਤੇ ਮੈਂ ਸੁਣੋ ਜੋ ਭਾ ਵਰਤੰਤਾ, ਤੇ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਉਸ ਸਰਦ ਰੁੱਤ ਵਿੱਚ ਜੋ ਵਰਤਾਰਾ ਵਰਤਿਆ ਨਾ ਉਹ ਮਹਾਰਾਜ ਆਪ ਕਿਰਪਾ ਕਰਕੇ ਸੁਣੋ। ਤਾਲਨ ਬਾਰਜ ਬਣੀ ਬਿਨਾਸ਼ੀ, ਜਿਹੜੇ ਇਸ ਪ੍ਰਕਾਰ ਤਲਾਬ ਹਨ ਉਹਨਾਂ ਦੇ ਜਿਹੜੀਆਂ ਨੇੜੀਆਂ ਨੇੜੇ ਨੇੜੇ ਫੁੱਲਾਂ ਦੀਆਂ ਬਗੀਚੀਆਂ ਹਨ, ਕਮਲ ਫੁੱਲ ਦੀਆਂ ਬਗੀਚੀਆਂ, ਉਹ ਸਾਰੀਆਂ ਹੀ ਜਿਹੜੀਆਂ ਹਨ ਖਤਮ ਹੋ ਗਈਆਂ ਠੰਡ ਦੇ ਪ੍ਰਕੋਪ ਨਾਲ। ਜਿਉ ਕੁਸੰਗ ਨਾਸਹੇ ਜਸ ਰਾਸੀ, ਜਿਵੇਂ ਇਸ ਪ੍ਰਕਾਰ ਜਿਹੜਾ ਹੈ ਵਾਹਿਗੁਰੂ ਦਾ ਜਸ ਕਰਨ ਦੇ ਨਾਲ ਖੋਟੀ ਕੁਸੰਗਤ ਜਿਹੜੀ ਆ ਉਹ ਨਾਸ਼ ਹੋ ਜਾਂਦੀ ਹੈ। ਕੁਸੰਗ ਜਿਹੜੇ ਔਗਣ ਹਨ ਜਿਨ੍ਹਾਂ ਦੀ ਸੰਗਤ ਕਰਕੇ ਕੁਸੰਗਤ ਕਰਕੇ ਜੀਵ ਜਿਹੜਾ ਹੈ ਅਧੋਗਤੀ ਨੂੰ ਪ੍ਰਾਪਤ ਹੁੰਦਾ ਹੈ, ਜਿਵੇਂ ਵਾਹਿਗੁਰੂ ਦਾ ਜਸ ਕਰਨ ਦੇ ਨਾਲ
ਖੋਟਾ ਸੰਗ ਜਿਹੜਾ ਹੈ ਉਹ ਨਾਸ਼ ਹੋ ਜਾਂਦਾ ਹੈ। ਇਵੇਂ ਸਰਦੀ ਦੇ ਪੈਣ ਕਰਕੇ ਸਭ ਫੁੱਲਾਂ ਦੀਆਂ ਬਗੀਚੀਆਂ ਨਾਸ਼ ਹੋ ਗਈਆਂ ਨੇ। ਨਿਕਟ ਅਗਨ ਕੇ ਰਹੇ ਮਹਾਨਾ। ਤੇ ਜਿਹੜੇ ਇਸ ਪ੍ਰਕਾਰ ਲੋਕ ਆ ਠੰਡ ਤੋਂ ਬਚਣ ਲਈ ਬਹੁਤ ਜ਼ਿਆਦਾ ਅੱਗ ਦੇ ਕੋਲ ਰਹਿੰਦੇ ਹੈ, ਧੂੰਆਂ ਆਦਿਕ ਲਾ ਕਰਕੇ ਅੱਗ ਸੇਕਦੇ ਹਨ। ਜਿਉ ਨਿਰਪ ਸੇਵਹਿ ਜੇ ਮਤਵਾਨਾ। ਜਿਸ ਤਰ੍ਹਾਂ ਬੜੇ ਸਿਆਣੇ ਜਿਹੜੇ ਮਤਵਾਨ ਲੋਕ ਹਨ, ਬੜੇ ਸਿਆਣੇ ਸੂਝਵਾਨ ਜਿਵੇਂ ਰਾਜੇ ਦੀ ਸੇਵਾ ਕਰਦੇ ਹੈ, ਇਸ ਤਰ੍ਹਾਂ ਕਹਿੰਦੇ ਆ ਲੋਕ ਅੱਗ ਦਾ ਬਹੁਤ ਜ਼ਿਆਦਾ ਪ੍ਰੇਮ ਕਰਦੇ ਹੈ, ਅੱਗ ਤੋਂ ਜਿਹੜਾ ਸੀਤ ਦੂਰ ਕਰਦੇ ਹਨ। ਮੰਦ ਤੇਜ ਸੂਰਜ ਕਾ ਵਯੋ। ਜਿਹੜਾ ਸੂਰਜ ਵੈ ਉਹਦੀ ਤਪਸ਼ ਜਿਹੜੀ ਆ ਉਹਦਾ ਤੇਜ ਪ੍ਰਤਾਪ ਬਹੁਤ ਜ਼ਿਆਦਾ ਮੰਦ ਪੈ ਗਿਆ, ਭਾਵ ਘਟ ਗਿਆ ਏ। ਜਿਉ ਭੂਪਤ ਹੋਏ ਆਲਸ ਕੀਓ। ਜਿਵੇਂ ਕਿਸੇ ਰਾਜੇ ਨੇ ਇਸ ਪ੍ਰਕਾਰ ਚੱਕਰਵਰਤੀ ਰਾਜਾ ਹੋ ਕਰਕੇ ਆਲਸ ਕਰ ਲਿਆ ਹੋਵੇ। ਨਰ ਨਾਰਨ ਕੋ ਸੀਤ ਕੰਪਾਵਤ। ਪੁਰਸ਼ ਇਸਤਰੀਆਂ ਨੂੰ ਜਿਹੜਾ ਸੀਤ ਵੈ ਠੰਡ ਵੈ ਜਿਹੜੀ ਉਹ ਬਹੁਤ ਜ਼ਿਆਦਾ ਕੰਬਾ ਰਹੀ ਹੈ। ਇਸ ਤਰ੍ਹਾਂ ਇਹ ਪ੍ਰਮਾਣ ਨਾਲ ਦਾ ਦ੍ਰਿਸ਼ਟਾਂਤ ਕਵੀਰਾਜ ਟਿਕਾਉਂਦੇ ਹੈ ਕਿ ਸੂਰਜ ਦਾ ਤੇਜ ਪ੍ਰਤਾਪ ਇਵੇਂ ਮੰਦ ਪੈ ਗਿਆ, ਘਟ ਗਿਆ, ਜਿਵੇਂ ਕੋਈ ਵੱਡਾ ਹੋਵੇ ਤਾਂ ਬਾਦਸ਼ਾਹ ਪਰ ਆਪਣੀ ਪ੍ਰਜਾ ਦੀ ਸੰਭਾਲ ਵੱਲੋਂ ਆਲਸ ਕਰ ਗਿਆ ਹੋਵੇ। ਕਹਿੰਦੇ ਆ ਪੁਰਸ਼ ਇਸਤਰੀਆਂ ਨੂੰ ਬਹੁਤ ਜ਼ਿਆਦਾ ਠੰਡ ਕੰਬਾ ਰਹੀ ਹੈ। ਮ੍ਰਿਗ ਬਨ ਵਾਸੀ ਤਿਨਹੇ ਦੁਖਾਵਤ। ਜਿਹੜੇ ਹਿਰਨ ਹਨ ਜੰਗਲਾਂ ਵਿੱਚ ਰਹਿਣ ਵਾਲੇ ਉਹਨਾਂ ਨੂੰ ਠੰਡ ਬਹੁਤਾ ਹੀ ਦਿਖਾਉਂਦੀ ਹੈ, ਬੜਾ ਉਹਨਾਂ ਨੂੰ ਦੁੱਖ ਹੁੰਦਾ ਠੰਡ ਦੇ ਅੰਦਰ। ਕਾਹੂ ਸਮੇ ਨਿਰਪ ਹੋਏ ਬਿਨ ਜੋਰਾ। ਕਹਿੰਦੇ ਜਦੋਂ ਕਿਸੇ ਸਮੇਂ ਰਾਜਾ ਜਿਹੜਾ ਹੈ ਉਹ ਬਿਨਾਂ ਜ਼ੋਰ ਤੋਂ ਹੋ ਜਾਵੇ, ਭਾਵ ਉਹਦਾ ਪ੍ਰਜਾ ਦੇ ਅੰਦਰ ਉਹਦੀ ਇਸ ਪ੍ਰਕਾਰ ਜਿਹੜੀ ਪਕੜ ਵੈ ਉਹ ਨਾ ਰਹੇ। ਜਿਉ ਦੁੱਖ ਦੇਹੇ ਪ੍ਰਜਾ ਕੋ ਚੋਰਾ। ਜਿਸ ਤਰ੍ਹਾਂ ਫਿਰ ਚੋਰ ਜਿਹੜੇ ਲੋਕ ਵੈ ਉਹ ਬੜਾ ਜ਼ਿਆਦਾ ਪ੍ਰਜਾ ਨੂੰ ਦੁੱਖ ਦਿੰਦੇ ਆ, ਲੁੱਟਾਂ ਖੂਹਾਂ ਮਾਰਾਂ ਕਰਦੇ ਆ। ਨਿਸ ਦੀਰਗ ਮਹਿ ਲੇਤ ਨਿਹਾਲੀ। ਜਦੋਂ ਇਸ ਪ੍ਰਕਾਰ ਇਹ ਸਿਆਲਾਂ ਦੀਆਂ ਰਾਤਾਂ ਹੁੰਦੀਆਂ ਹਨ, ਇਹ ਬੜੀਆਂ ਲੰਬੀਆਂ ਰਾਤਾਂ ਹੁੰਦੀਆਂ ਹਨ। ਨਿਸ ਦੀਰਗ ਮਹਿ ਜਿਹੜੀ ਨਿਸ ਰਾਤ ਵੈ ਦੀਰਘ ਲੰਬੀ ਰਾਤ ਦੇ ਅੰਦਰ ਇਉਂ ਨਿਹਾਲੀ ਰਜਾਈਆਂ ਲੈ ਕਰਕੇ ਜਿਹੜੇ ਹਨ ਲੋਕ ਉਹ ਸੌਂਦੇ ਆ। ਸੌਵਹਿ ਸੀਤ ਬਿਦਾਰ ਸੁਖਾਲੀ। ਤੇ ਸੌ ਜਾਂਦੇ ਆ ਠੰਡ ਨੂੰ ਨਾਸ਼ ਕਰਕੇ ਬੜੇ ਸੁੱਖ ਦੇ ਸਹਿਤ ਰਜਾਈ ਲੈ ਕਰਕੇ। ਜਿਉ ਸਤਿਗੁਰ ਕੀ ਲੇ ਪਗ ਧੂਰੀ। ਕਿਵੇਂ ਕਹਿੰਦੇ ਜਿਵੇਂ ਸਤਿਗੁਰਾਂ ਦੇ ਚਰਨਾਂ ਦੀ ਧੂੜ ਲੈ ਕਰਕੇ। ਭਵ ਸੰਕਟ ਸਿੱਖ ਕਰਹਿ ਦੂਰੀ। ਤੇ ਜਿਹੜਾ ਜੰਮਣ ਮਰਨ ਦਾ ਸੰਕਟ ਦੁੱਖ ਵੈ ਸਿੱਖ ਜਿਵੇਂ ਦੂਰ ਕਰ ਲੈਂਦੇ ਆ, ਇਵੇਂ ਰਜਾਈ ਲੈ ਕਰਕੇ ਜਿਵੇਂ ਸੀਤ ਨੂੰ ਨਾਸ਼ ਕਰੀਦਾ ਨਾ, ਇਵੇਂ ਸਤਿਗੁਰਾਂ ਦੇ ਚਰਨਾਂ ਦੀ ਧੂੜ ਰੂਪੀ ਰਜਾਈ ਲੈ ਕਰਕੇ ਜੰਮਣ ਮਰਨ ਦੇ ਜਿਹੜੇ ਸੰਕਟ ਰੂਪੀ ਦੁੱਖ ਵੈ ਉਸ ਨੂੰ ਸਿੱਖ ਨਾਸ਼ ਕਰ ਲੈਂਦੇ ਆ। ਆਤਪ ਖਰੀ ਸੁਹਾਏ ਸਰੀਰਾ। ਜਿਹੜੀ ਆਤਪ ਧੁੱਪ ਵੈ ਜਦੋਂ ਦਿਨੇ ਸੂਰਜ ਚੜ੍ਹਦਾ ਹੈ ਤੇ ਉਹ ਫਿਰ ਧੁੱਪ ਜਦੋਂ ਲੱਗਦੀ ਹੈ ਉਹ ਧੁੱਪ ਜਿਹੜੀ ਬੜੀ ਸਰੀਰ ਨੂੰ ਸੁਹਾਉਂਦੀ ਹੈ, ਬੜੀ ਚੰਗੀ ਲੱਗਦੀ ਹੈ। ਬਾਲਾ ਧੁੱਪ ਸੇਕਣ ਨੂੰ ਹਰੇਕ ਦਾ ਮਨ ਪ੍ਰਵਿਰਤ ਹੁੰਦਾ ਹੈ। ਇਹ ਦੇਸ਼ ਦੀ ਧਰਤੀ ਤੇ ਇਹੋ ਜਿਹਾ ਮੌਸਮ ਹੁੰਦਾ ਹੈ, ਖਾਸ ਕਰਕੇ ਸਾਡੀ ਪੰਜਾਬ ਦੀ ਧਰਤੀ ਦਾ, ਕਿ ਸਿਆਲਾਂ ਦੇ ਅੰਦਰ ਵੀ ਜਦੋਂ ਸੂਰਜ ਚੜ੍ਹਦਾ ਹੈ ਨਾ ਦਿਨੇ ਕਿਤੇ ਤੇ ਉਹ ਫਿਰ ਜਿਹੜਾ ਸਵੇਰ ਦਾ ਰਾਤ ਦਾ ਸ਼ੀਤ ਵੈ ਉਹ ਫਿਰ ਦਿਨੇ ਚੜ੍ਹਿਆ ਸੂਰਜ ਜਿਹੜਾ ਨਾਸ਼ ਕਰ ਦਿੰਦਾ ਹੈ। ਹੁਣ ਤਾਂ ਡਾਕਟਰ ਲੋਕ ਕਹਿੰਦੇ ਆ ਨਾ ਕਿ ਉਹ ਸੂਰਜ ਦੇ ਵਿੱਚੋਂ ਹੀ ਬੜੇ ਵਿਟਾਮਿਨ ਡੀ ਆਦਿਕ ਹੋਰ ਬਹੁਤ ਕੁਝ ਮਿਲਦਾ ਹੈ,
ਉਹ ਜ਼ਰੂਰੀ ਹੈ ਸਭ ਨੂੰ ਧੁੱਪ ਸੇਕਣੀ। ਅਤੇ ਸਾਡੇ ਦੇਸ਼ ਦੇ ਅੰਦਰ ਇਹ ਵਡਮੁੱਲੀਆਂ ਚੀਜ਼ਾਂ ਕੁਦਰਤੀ ਨਜ਼ਾਰੇ ਸਭ ਕੁਝ ਹੀ ਜਿਹੜੇ ਆ ਵਰਤਦੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜੀਵਨ ਸੁਣਾਉਂਦੇ ਹੋਏ ਦੇਸ਼ ਦੇ ਅੰਦਰ ਰੁੱਤਾਂ ਦਾ ਵਾਤਾਵਰਨ ਵੀ ਕਵੀਰਾਜ ਨਾਲ ਵਰਣਨ ਕਰ ਰਹੇ ਆ ਬੜੇ ਸੋਹਣੇ ਢੰਗ ਦੇ ਨਾਲ। ਕਹਿੰਦੇ ਚੜ੍ਹੀ ਹੋਈ ਧੁੱਪ ਜਿਹੜੀ ਆ ਉਹ ਸਰੀਰਾਂ ਨੂੰ ਬੜੀ ਭਾਉਂਦੀ ਹੈ, ਬੜੀ ਚੰਗੀ ਲੱਗਦੀ ਹੈ ਸਭ ਨੂੰ। ਜਿਉ ਸਤ ਸੰਗਤ ਜਨ ਮਤ ਧੀਰਾ, ਜਿਵੇਂ ਧੀਰਜ ਮਤ ਵਾਲਿਆਂ ਨੂੰ ਸਤ ਸੰਗਤ ਬੜੀ ਚੰਗੀ ਲੱਗਦੀ ਹੈ, ਸਿਆਣਿਆਂ ਨੂੰ ਜਿਵੇਂ ਸਤ ਸੰਗਤ ਨਾਲ ਬਹੁਤਾ ਪਿਆਰ ਹੈ, ਇਵੇਂ ਸਰੀਰਾਂ ਨੂੰ ਧੁੱਪ ਨਾਲ ਜਿਵੇਂ ਬਹੁਤ ਪਿਆਰ ਕਰਦੇ ਆ ਨਾ, ਧੁੱਪ ਸੇਕਦੇ ਆ ਸੀਤ ਨੂੰ ਨਾਸ਼ ਕਰਦੇ ਆ, ਇਵੇਂ ਜਿਹੜੇ ਧੀਰਜਵਾਨ ਪੁਰਖ ਹਨ ਨਾ ਸਤਸੰਗਤ ਕਰਕੇ ਆਪਣਾ ਜੜਤਾ ਰੂਪੀ ਸੀਤ ਨਾਸ਼ ਕਰ ਲੈਂਦੇ ਆ। ਸੀਤਲ ਬਹੀ ਨੀਰ ਸਮੀਰਾ, ਬਹੁਤ ਜ਼ਿਆਦਾ ਸਮੀਰਾ ਹਵਾ ਵੀ ਤੇ ਨੀਰਾ ਜਲ ਵੀ, ਠੰਡਾ ਹੀ ਬਹਿੰਦਾ ਹੈ। ਜੋ ਰੰਕਨ ਕੋ ਕਰਤ ਅਧੀਰਾ, ਜਿਹੜੇ ਰੰਕ ਕੰਗਾਲ ਹਨ ਉਹਨਾਂ ਦਾ ਧੀਰਜ ਬੜਾ ਨਾਸ਼ ਕਰਦਾ ਠੰਡਾ ਪਾਣੀ ਤੇ ਠੰਡੀ ਹਵਾ। ਜਿਉ ਬਿਨ ਸਤਿਗੁਰ ਤੇ ਰਖਵਾਰਾ, ਜਿਵੇਂ ਬਿਨਾਂ ਸਤਿਗੁਰੂ ਜੀ ਤੋਂ ਕੋਈ ਹੋਵੇ ਤੇ ਉਹਦਾ ਫਿਰ ਕੌਣ ਰਖਵਾਲਾ, ਉਹਦੀ ਕੋਈ ਰਾਖੀ ਨਹੀਂ ਕਰਦਾ ਲੋਕ ਪਰਲੋਕ ਦੇ ਅੰਦਰ। ਜਗਿਆਸੀ ਕੋ ਕਰਤ ਵਿਕਾਰਾ, ਤੇ ਜਿਵੇਂ ਜਗਿਆਸੂ ਨੂੰ ਜਿਹੜੇ ਹਨ ਵਿਕਾਰ ਜਿਹੜੇ ਤੰਗ ਕਰਦੇ ਹੈ, ਇਹ ਦ੍ਰਿਸ਼ਟਾਂਤ ਦੇ ਕਰਕੇ ਕਵੀਰਾਜ ਕਹਿੰਦੇ ਹੈ, ਜਿਵੇਂ ਕੰਗਾਲਾਂ ਨੂੰ ਕਿਉਂਕਿ ਵਸਤਰ ਨਹੀਂ ਨਾ ਪੂਰੇ ਹੁੰਦੇ, ਖਾਣ ਨੂੰ ਭੋਜਨ ਨਹੀਂ ਉਨਾ ਹੁੰਦਾ, ਤੇ ਫਿਰ ਜਿਹੜਾ ਠੰਡਾ ਪਾਣੀ ਉਹ ਵੀ ਬੜਾ ਕਮਾਉਂਦਾ ਹੈ ਦੁੱਖ ਦਿੰਦਾ ਹੈ, ਤੇ ਠੰਡੀ ਹਵਾ ਵੀ ਬੜਾ ਹੱਡਾਂ ਨੂੰ ਠਾਰਦੀ ਹੈ। ਇਸ ਪ੍ਰਕਾਰ ਦਾ ਦ੍ਰਿਸ਼ਟਾਂਤ ਦੇ ਕਰਕੇ ਕਵੀਰਾਜ ਟਿਕਾਉਂਦੇ ਹੈ ਕਿ ਜਿਵੇਂ ਉਹਨਾਂ ਕੰਗਾਲਾਂ ਨੂੰ ਠੰਡ ਬੜਾ ਦੁੱਖ ਦਿੰਦੀ ਹੈ ਹਵਾ, ਠੰਡੀ ਹਵਾ ਤੇ ਠੰਡਾ ਪਾਣੀ, ਇਸ ਤਰ੍ਹਾਂ ਕਹਿੰਦੇ ਜਿਵੇਂ ਜਗਿਆਸੂ ਨੂੰ ਵਿਸ਼ੇ ਵਿਕਾਰ ਬਹੁਤ ਤਪਾਉਂਦੇ ਹੈ, ਬੜਾ ਦੁੱਖ ਦਿੰਦੇ ਹੈ। ਜਦੋਂ ਪਹਿਲੀਆਂ ਅਵਸਥਾ ਵਿੱਚ ਜਗਿਆਸੂ ਨਾਮ ਦੇ ਜਪਣਾ ਆਰੰਭ ਕਰਦੇ ਹੈ ਤਾਂ ਉਸ ਸਮੇਂ ਵਿਸ਼ੇ ਵਿਕਾਰ ਹੋਰ ਪ੍ਰਬਲ ਹੋ ਕਰਕੇ ਫੁਰਨਿਆਂ ਰੂਪ ਵਿੱਚ ਤੰਗ ਕਰਦੇ ਹੈ। ਇਸ ਪ੍ਰਕਾਰ ਕਹਿੰਦੇ ਹਨ, ਇਸੇ ਪ੍ਰਕਾਰ ਜਿਉ ਬਿਨ ਸਤਿਗੁਰ ਤੇ ਰਖਵਾਰਾ, ਜਿਵੇਂ ਬਿਨਾਂ ਸਤਿਗੁਰੂ ਜੀ ਤੋਂ ਕੋਈ ਹੋਵੇ, ਗੁਰੂ ਨੀ ਧਾਰਨ ਕੀਤਾ ਉਹਦਾ ਕੌਣ ਰਖਵਾਲਾ ਹੈ, ਉਹ ਕੰਗਾਲਾਂ ਵਰਗੇ ਹਨ। ਜਗਿਆਸੀ ਕੋ ਕਰਤ ਵਿਕਾਰਾ, ਜਗਿਆਸੂ ਨੂੰ ਜਿਵੇਂ ਵਿਕਾਰ ਤੰਗ ਕਰਦੇ ਹੈ, ਉਹਨੂੰ ਪਾਉਂਦੇ ਨਹੀਂ ਪਰ ਫਿਰ ਵੀ ਵਾਸ਼ਨਾਵਾਂ ਤੰਗ ਕਰਦੀਆਂ, ਹੌਲੀ ਹੌਲੀ ਇਹਨਾਂ ਨੂੰ ਲੰਘਦਾ ਹੋਇਆ ਨਾਮ ਜਪਦਾ ਹੋਇਆ ਚਿੱਤ ਸਥਿਰ ਹੋ ਜਾਂਦਾ, ਫਿਰ ਟਿਕਦਾ ਹੈ। ਗੁਰੂ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਜਦੋਂ ਮਿਲੇ ਗੁਰੂ ਵਾਲਾ ਬਣੇ ਫਿਰ ਹੀ ਨਿਹਾਲ ਹੁੰਦਾ ਹੈ। ਅਸ ਹਿੰਮਤ ਰਿਤ ਮਹਿ ਜਗ ਕੰਤਾ, ਇਹੋ ਜੀ ਸਰਦੀਆਂ ਦੀ ਪੋਹ ਤੇ ਮਾਘ ਦੀ ਜਿਹੜੀ ਰੁੱਤ ਹੈ ਇਸ ਦੇ ਅੰਦਰ ਜਗਤ ਦੇ ਕੰਤ ਮਾਲਕ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਰੇ ਰਹੇ ਸੁਖਦਾਨੀ ਸੰਤਾ, ਸੁੱਖਾਂ ਦਾ ਦਾਨ ਦੇਣ ਵਾਲੇ ਸੰਤਾਂ ਮਹਾਂਪੁਰਖਾਂ ਨੂੰ ਐਸੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕ ਥਾਂ ਤੇ ਹੀ ਬਰਾਜੇ ਰਹਿੰਦੇ ਆ। ਕਿਸ ਸਿਉ ਮਿਲਹੇ ਨਾ ਬੋਲੇ ਬਾਨੀ, ਕਿਸੇ ਨਾਲ ਮਹਾਰਾਜ ਮਿਲਦੇ ਨੀ ਨਾ ਮਹਾਰਾਜ ਬਚਨ ਬੋਲਦੇ ਆ। ਰਹੇ ਇਕਾਂਕੀ ਗੁਣ ਗਨ ਖਾਨੀ, ਸਮੂਹ ਗੁਣਾਂ ਦੀ ਖਾਣ ਸੱਚੇ ਪਾਤਸ਼ਾਹ ਇਕਾਂਤ ਹੀ ਰਹਿੰਦੇ ਹਨ। ਅਸ ਬਿਦ ਸੋ ਯੁਗ ਮਾਸ ਬਿਤਾਏ, ਇਸ ਤਰੀਕੇ ਨਾਲ ਮਹਾਰਾਜ ਦੋ ਮਹੀਨੇ ਸੱਚੇ ਪਾਤਸ਼ਾਹ ਨੇ ਬਤੀਤ ਕਰ ਦਿੱਤੇ। ਫਿਰਨ ਲੱਗੇ ਪੁਨ
ਸਹਿਜ ਸੁਭਾਏ। ਫਿਰ ਮਹਾਰਾਜ ਸੁਤੇ ਸਿੱਧੀ ਸਤਿਗੁਰੂ ਜੀ ਵਿਚਰਨ ਲੱਗ ਪਏ। ਰੁਚ ਸੋ ਖਾਣ ਪਾਨ ਕੋ ਕਰਹੀ। ਮਹਾਰਾਜ ਇੱਛਾ ਮੁਤਾਬਕ ਫਿਰ ਭੋਜਨ ਜਿਹੜਾ ਸੀ ਉਹ ਛਕਣ ਛਕਾਉਣ ਲੱਗ ਪਏ। ਮਾਤ ਬਿਲੋਕ ਹਰਖ ਉਰ ਧਰਹੀ। ਮਾਤਾ ਤ੍ਰਿਪਤਾ ਜੀ ਉਹ ਵੇਖ ਕਰਕੇ ਬਹੁਤ ਮਨ ਦੇ ਅੰਦਰ ਖੁਸ਼ੀ ਧਾਰਨ ਕੀਤੀ ਹੈ, ਬਹੁਤ ਪ੍ਰਸੰਨ ਹੋਏ ਹੈ। ਜਾਣਤ ਭਈ ਅਨਾਮੰਤਨ ਕੋ। ਇਉਂ ਮਾਤਾ ਜੀ ਨੇ ਸਮਝਿਆ ਕਿ ਮੇਰੇ ਪੁੱਤਰ ਗੁਰੂ ਨਾਨਕ ਸਾਹਿਬ ਦਾ ਸਰੀਰ ਜਿਹੜਾ ਨਾ ਹੁਣ ਇਹ ਅਰੋਗ ਹੋ ਗਿਆ ਏ। ਦੀਨੋ ਦਾਨ ਦਿਜਨ ਸਭਹਿਨ ਕੋ। ਸਾਰੇ ਬ੍ਰਾਹਮਣਾਂ ਨੂੰ ਤਿਸ ਸਮੇਂ ਸ਼ੁਕਰਾਨੇ ਵਜੋਂ ਮਾਤਾ ਜੀ ਨੇ ਦਾਨ ਦੇਣਾ ਕੀਤਾ। ਸੁੰਦਰ ਬਸਤਰ ਨਵੀਨ ਬਣਾਏ। ਨਵੇਂ ਨਵੇਂ ਸੋਹਣੇ ਬਸਤਰ ਮਹਾਰਾਜ ਜੀ ਵਾਸਤੇ ਬਣਵਾਏ। ਸੁੱਤ ਕੋ ਯੁੱਤ ਦੁਲਾਰ ਪਹਿਰਾਏ। ਬੜੇ ਪਿਆਰ ਨਾਲ ਸੱਚੇ ਪਾਤਸ਼ਾਹ ਜੀ ਨੂੰ ਲਾਡ ਲਡਾਉਂਦਿਆਂ ਹੋਇਆਂ ਪਹਿਰਾਉਣਾ ਕੀਤੇ। ਬਦਨ ਸਦਨ ਛੱਬ ਪੁੰਨ ਪੁੰਨ ਦੇਖੀ। ਸੱਚੇ ਪਾਤਸ਼ਾਹ ਜੀ ਦੇ ਮੁਖੜੇ ਦੀ ਜਿਹੜੀ ਸੋਭਾ ਨਾ, ਮਾਤਾ ਜੀ ਉਸ ਮੁਖੜੇ ਦੀ ਸੋਭਾ ਨੂੰ ਬਾਰ ਬਾਰ ਵੇਖਦੇ ਹੈ। ਵੱਡ ਭਾਗਣ ਲੱਖ ਆਪ ਬਸੇਖੀ। ਆਪਣੇ ਆਪ ਨੂੰ ਮਾਤਾ ਜੀ ਬਹੁਤ ਵੱਡਿਆਂ ਭਾਗਾਂ ਵਾਲੇ ਸਮਝਦੇ ਹੈ ਜਦੋਂ ਸ੍ਰੀ ਗੁਰੂ ਜੀ ਦੇ ਮੁਖੜੇ ਵੱਲ ਵੇਖਦੇ ਹਨ। ਗਿਆਤਨ ਕੀ ਪੰਗਤ ਜਗ ਮੂਲਾ। ਜਗਤ ਦੇ ਮੂਲ ਕਾਰਨ ਰੂਪ, ਜਗਤ ਦੇ ਮੁੱਢ ਰੂਪ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਜੋ ਰਿਸ਼ਤੇਦਾਰਾਂ ਦੀ ਇਸ ਪ੍ਰਕਾਰ ਸ਼੍ਰੇਣੀ ਹੈ, ਪੰਗਤੀ ਹੈ, ਉਸ ਦੇ ਅੰਦਰ ਪੈਸੇ ਹੈ ਪੇ ਕਾਲੂ ਅਨੁਕੂਲਾ। ਬਾਬਾ ਕਾਲੂ ਜੀ ਦੇ ਅਨੁਕੂਲ ਆਪਣੇ ਪਿਤਾ ਜੀ ਦੇ ਅਨੁਸਾਰੀ ਹੋ ਕਰਕੇ ਮਹਾਰਾਜ ਰਿਸ਼ਤੇਦਾਰਾਂ ਨੂੰ ਮਿਲਣ ਜੁਲਣ ਲੱਗ ਪਏ। ਲੌਕਿਕ ਰੀਤ ਮਿਲਣ ਪੁੰਨ ਬੋਲਣ। ਤੇ ਜਿਹੜੀਆਂ ਲੌਕਿਕ ਰੀਤਾਂ ਹਨ ਉਹਨਾਂ ਵਿੱਚ ਜਾਣ ਲੱਗ ਪਏ। ਮਿਲਣਾ ਕਿਸੇ ਨੂੰ ਫਿਰ ਗੱਲਬਾਤ ਜੋ ਕਰਨੀ ਹੈ। ਕਰਹੀ ਸਭ ਵਿਦ ਪੁਰ ਮਹਿ ਡੋਲਣ। ਸਾਰੇ ਤਰੀਕਿਆਂ ਨਾਲ ਮਹਾਰਾਜ ਕਰਨ ਲੱਗ ਪਏ। ਨਗਰ ਵਿੱਚ ਸਤਿਗੁਰੂ ਜੀ ਵਿਚਰਨ ਲੱਗ ਪਏ। ਸੁੰਦਰ ਸ਼ੋਭਿਤ ਬੈਸ ਕਿਸ਼ੋਰਾ। ਮਹਾਰਾਜ ਦੀ ਜਿਹੜੀ ਕਿਸ਼ੋਰ ਅਵਸਥਾ ਹੈ ਨਾ, ਇਹ ਬਹੁਤ ਸੁੰਦਰ ਸੱਚੇ ਪਾਤਸ਼ਾਹ ਜੀ ਦੀ ਕਿਸ਼ੋਰ ਅਵਸਥਾ ਸੋਭਦੀ ਹੈ। ਬਾਲਕਪੁਣੇ ਨੂੰ ਜਦੋਂ ਛੱਡ ਦਈਏ ਫਿਰ ਕਿਸ਼ੋਰ ਅਵਸਥਾ ਆਉਂਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਅਜੇ ਜਵਾਨੀ ਦੀ ਅਵਸਥਾ ਨਹੀਂ, ਕਿਸ਼ੋਰ ਅਵਸਥਾ ਮਹਾਰਾਜ ਦੇ ਸਰੀਰ ਤੇ ਆਈ ਹੈ। ਗਿਰਾ ਮ੍ਰਿਦੁਲ ਮਦਰੀ ਚਿਤ ਚੋਰਾ। ਸੱਚੇ ਪਾਤਸ਼ਾਹ ਜੀ ਦੀ ਜਿਹੜੀ ਗਿਰਾ ਬਾਣੀ ਹੈ ਨਾ, ਉਹ ਬਹੁਤ ਕੋਮਲ ਹੈ ਤੇ ਬੜੀ ਹੀ ਮਿੱਠੀ ਹੈ, ਜਿਹਦੇ ਨਾਲ ਮਹਾਰਾਜ ਬਚਨ ਕਰਦੇ ਉਹਦਾ ਚਿੱਤ ਹੀ ਚੁਰਾ ਲੈਂਦੇ ਹੈ। ਉਹਦਾ ਮਨ ਹੀ ਜਿਹੜਾ ਮਹਾਰਾਜ ਵੱਲ ਆਕਰਸ਼ਿਤ ਹੋ ਜਾਂਦਾ ਏ। ਲਲਿਤ ਬਿਲੋਚਨ ਦਲ ਉਤਪਲ ਸੇ। ਸੱਚੇ ਪਾਤਸ਼ਾਹ ਜੀ ਦੇ ਜਿਹੜੇ ਲੋਚਨ ਨੇਤਰ ਹਨ, ਇਹ ਕਮਲ ਫੁੱਲ ਦੀਆਂ ਪੰਖੜੀਆਂ ਵਰਗੇ ਆ, ਬੜੇ ਲਲਿਤ ਪਿਆਰੇ ਸੁੰਦਰ। ਤਾਰੇ ਸ਼ਿਆਮ ਗੰਡਕੀ ਸਿਲਸੇ। ਜਿਹੜੇ ਮਹਾਰਾਜ ਦੇ ਨੇਤਰਾਂ ਦੇ ਵਿਚਲੇ ਤਾਰੇ ਹਨ ਉਹ ਇਸ ਪ੍ਰਕਾਰ ਬੜੇ ਕਾਲੇ ਸ਼ਾਹ ਕਾਲੇ ਹਨ, ਜਿਵੇਂ ਗੰਡਕਾ ਨਦੀ ਦਾ ਪੱਥਰ ਕਾਲਾ ਮੰਨਿਆ ਜਾਂਦਾ ਹੈ, ਇਵੇਂ ਸਤਿਗੁਰਾਂ ਜੀ ਦੇ ਨੇਤਰ ਜਿਹੜੇ ਵਿਚਲੇ ਤਾਰੇ ਨੇ ਉਹ ਕਾਲੇ ਸ਼ਾਹ ਹਨ। ਸੋਰਠਾ ਬਨੀ ਸੋ ਭ੍ਰਿਕੁਟੀ ਬੰਕ। ਸੱਚੇ ਪਾਤਸ਼ਾਹ ਜੀ ਦੀ ਜਿਹੜੇ ਭਰਵੱਟੇ ਹਨ ਇਹ ਬੜੇ ਟੇਢੇ ਬਣੇ ਹੋਏ ਹੈ। ਜਿਉਂ ਕਮਾਨ ਇਹ ਕਾਮ ਕੀ। ਇਹ ਸੋਭਾ ਤੋਂ ਕਹਿੰਦੇ ਆ ਕਵੀਰਾਜ, ਜਿਵੇਂ ਭਗਤਾਂ ਨੇ ਵੀ ਕਿਹਾ ਮਦਨ ਮੂਰਤ ਭੈ ਤਾਰ ਗੋਬਿੰਦੇ, ਇਹ ਕੇਵਲ ਸੁਹੱਪਣ ਤੋਂ ਹੈ। ਕਹਿੰਦੇ ਹਨ ਜਿਵੇਂ ਕਾਮ ਦੇਵ ਦੀ ਕਮਾਨ ਹੁੰਦੀ ਹੈ ਨਾ, ਸ਼੍ਰੀ ਗੁਰੂ ਜੀ ਦਾ ਮੁਖੜਾ ਇੰਨਾ ਸੁੰਦਰ ਵੈ, ਜਿਹੜਾ ਕੋਈ ਵੇਖਦਾ ਉਹ ਮਹਾਰਾਜ ਵੱਲ ਨੂੰ ਵੇਖਦਾ ਹੀ ਰਹਿ ਜਾਂਦਾ ਹੈ। ਜਿਹੜੇ ਚਿੱਤ ਹਨ ਨਾ ਚਕੋਰਾਂ ਦੀ ਤਰ੍ਹਾਂ ਸ਼੍ਰੀ ਗੁਰੂ ਜੀ ਦੇ ਨੇਤਰਾਂ ਵੱਲ
ਮਹਾਰਾਜ ਦੇ ਮੁਖੜੇ ਵੱਲ ਲੱਗ ਜਾਂਦੇ ਹੈ। ਸਤਿਗੁਰੂ ਜੀ ਦੇ ਜਿਹੜੇ ਟੇਢੇ ਇਸ ਪ੍ਰਕਾਰ ਭਰਵੱਟੇ ਹਨ, ਕਵੀਰਾਜ ਕਹਿੰਦੇ ਉਹ ਲੱਗਦਾ ਜਿਵੇਂ ਕਾਮਦੇਵ ਦੀ ਕਮਾਨ ਹੀ ਹੋਵੇ ਜਿਸ ਦੇ ਵਿੱਚੋਂ ਤੀਰ ਚੱਲਦੇ ਹਨ ਤੇ ਲੋਕ ਇਸ ਪ੍ਰਕਾਰ ਆਕਰਸ਼ਿਤ ਹੋ ਜਾਂਦੇ ਆ। ਕਿਦੋ ਇੰਦ ਅਕਲੰਕ, ਕਹਿੰਦੇ ਕਿਦੋਂ ਜਾਂ ਜਿਹੜਾ ਇੰਦ ਚੰਦਰਮਾ ਹੈ ਉਹ ਹੀ ਕਲੰਕ ਤੋਂ ਰਹਿਤ ਹੋਵੇ। ਸਜਨ ਤਾਸ ਮਹਿਰਾਬ ਸੀ, ਉਸ ਦੇ ਘਰ ਦੀ ਜਿਵੇਂ ਇਸ ਪ੍ਰਕਾਰ ਜਿਹੜੀ ਹੈ ਉਹ ਮੁੱਖ ਦਰਵਾਜ਼ਾ ਹੁੰਦਾ ਨਾ, ਇਸ ਤਰ੍ਹਾਂ ਦਾ ਕਹਿੰਦੇ ਜਿਵੇਂ ਸੋਭਾ ਚਾਂਦਨੀ ਦੀ ਪੈਂਦੀ ਹੈ, ਇਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਮੁਖੜੇ ਦੀ ਸੋਭਾ ਜਿਹੜੀ ਹੈ ਨਾ, ਚੰਦਰਮਾ ਤਾਂ ਕਲੰਕੀ ਹੈ ਨਾ, ਪਰ ਸ੍ਰੀ ਗੁਰੂ ਜੀ ਦਾ ਮੁਖੜਾ ਜਿਹੜਾ ਨਾ ਉਹ ਕਲੰਕ ਤੋਂ ਰਹਿਤ ਹੈ। ਸੱਚੇ ਪਾਤਸ਼ਾਹ ਜੀ ਤਾਂ ਕਲੰਕਾਂ ਨੂੰ ਧੋ ਦੇਣ ਵਾਲੇ ਹੈ। ਇਸ ਪ੍ਰਕਾਰ ਦ੍ਰਿਸ਼ਟਾਂਤ ਕੇਵਲ ਕਵੀਰਾਜ ਜੀ ਸੋਭਾ ਤੋਂ ਦਿੰਦੇ ਹੈ। ਕਹਿੰਦੇ ਜਿਵੇਂ ਚੰਦਰਮਾ ਦੇ ਘਰ ਦੀ ਡਾਟ ਹੁੰਦੀ ਹੈ, ਇਸ ਪ੍ਰਕਾਰ ਸੋਹਣਾ ਮਹਾਰਾਜ ਦਾ ਮੁੱਖ ਫੱਬਦਾ ਏ। ਚਾਉ ਪਈ ਮੰਦ ਮੰਦ ਸੁੰਦਰ ਗਤ ਚੱਲ ਹੀ, ਸੱਚੇ ਪਾਤਸ਼ਾਹ ਮੰਦ ਮੰਦ ਹੌਲੀ ਹੌਲੀ ਸੁੰਦਰ ਚਾਲ ਵਿੱਚ ਗਰੀਬ ਨਿਵਾਜ ਜੀ ਚੱਲਦੇ ਹੈ। ਦਇਆ ਦ੍ਰਿਸ਼ਟ ਦੇਖੇ ਦੁੱਖ ਦਲ ਹੀ, ਜਿਹਦੇ ਵੱਲ ਮਹਾਰਾਜ ਦਇਆ ਦ੍ਰਿਸ਼ਟੀ ਨਾਲ ਤੱਕ ਦਿੰਦੇ ਹੈ ਉਹਦੇ ਦੁੱਖਾਂ ਨੂੰ ਤੋੜ ਦਿੰਦੇ। ਸੱਚੇ ਪਾਤਸ਼ਾਹ ਉਹਦੇ ਦੁੱਖ ਹੀ ਸਾਰੇ ਖਤਮ ਕਰ ਦਿੰਦੇ ਹਨ। ਨਿਜ ਇੱਛਾ ਬੇਦੀ ਕੁਲ ਕੇਤੂ, ਬੇਦੀਆਂ ਦੇ ਕੁਲ ਦੇ ਨਿਸ਼ਾਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਆਪਣੀ ਇੱਛਾ ਦੇ ਮੁਤਾਬਕ ਵਿਚਰਹੇ ਕਿਰਤ ਨਾ ਕਰਤ ਨਕੇਤੂ, ਮਹਾਰਾਜ ਵਿਚਰਦੇ ਹੈ ਪਰ ਘਰ ਦੀ ਕੋਈ ਵੀ ਕਿਰਤ ਜਿਹੜੀ ਹੈ, ਘਰ ਦਾ ਕੋਈ ਵੀ ਕੰਮ ਮਹਾਰਾਜ ਨਹੀਂ ਕਰਦੇ। ਐਸੇ ਕਿੰਚਿਤ ਕਾਲ ਬਿਤਾਇਓ, ਇਸ ਤਰ੍ਹਾਂ ਮਹਾਰਾਜ ਨੇ ਕਿੰਨਾ ਕੁ ਸਮਾਂ ਜਦੋਂ ਬਤੀਤ ਕੀਤਾ, ਜਗਤ ਉਧਾਰਨ ਹਿਤ ਜੋ ਆਇਓ, ਜੋ ਸਤਿਗੁਰੂ ਜੀ ਜਗਤ ਦੇ ਉਧਾਰ ਕਰਨ ਵਾਸਤੇ ਹਜੂਰ ਆਏ ਹੈ। ਇੱਕ ਬਾਸੁਰ ਕਾਲੂ ਨਿਜ ਸਦਨਾ, ਇੱਕ ਦਿਨ ਬਾਬਾ ਕਾਲੂ ਜੀ ਆਪਣੇ ਘਰ ਦੇ ਅੰਦਰ, ਬੈਸ ਬੁਲਾਇਓ ਬਾਰਜ ਬਦਨਾ, ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੂੰ ਇਸ ਪ੍ਰਕਾਰ ਆਪਣੇ ਕੋਲ ਬਿਠਾ ਕਰਕੇ ਬੈਸ ਬਿਠਾਇਓ ਫਿਰ ਪਰੋ, ਬੈਸ ਬੁਲਾਇਓ ਬਾਰਜ ਬਦਨਾ, ਕਮਲ ਸ਼੍ਰੀ ਕੇ ਮੁਖੜੇ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਬੁਲਾਇਆ ਬੈਠ ਕਰਕੇ ਆਪਣੇ ਕੋਲ, ਦਰਬ ਕਮਾਵਨ ਸਿਖਵਨ ਹੇਤੂ, ਤੇ ਧੰਨ ਦੇ ਕਮਾਉਣ ਦੀ ਸਿੱਖਿਆ ਦੇਣ ਵਾਸਤੇ, ਨਿਕਟ ਬਸਾਇਓ ਕਿਰਪਾ ਨਕੇਤੂ, ਆਪਣੇ ਕੋਲ ਬਿਠਾਇਆ ਤੇ ਸਮੇਂ ਕਿਰਪਾ ਦੇ ਘਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਇੱਕ ਦਿਨ ਆਪਣੇ ਘਰ ਦੇ ਅੰਦਰ ਇਉਂ ਬੈਠ ਗਏ ਬਾਬਾ ਕਾਲੂ ਜੀ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਕੋਲ ਬੁਲਾਇਆ ਏ, ਧੰਨ ਦੇ ਕਮਾਉਣ ਦੀ ਸਿੱਖਿਆ ਦੇਣ ਲੱਗੇ ਹੈ। ਪ੍ਰੀਤ ਚਿੰਤ ਮਹਿ ਸਾਨੀ ਬਾਨੀ, ਇਹੋ ਜਿਹੇ ਬਚਨ ਆਪਣੇ ਮੁੱਖ ਤੋਂ ਬੋਲੇ ਹੈ ਕਿ ਪ੍ਰੇਮ ਦੇ ਅੰਦਰ ਜਿਹੜੀ ਹੈ ਤੇ ਚਿੰਤਾ ਦੇ ਅੰਦਰ ਮਿਲੇ ਹੋਏ ਬੋਲ, ਜਿਨ੍ਹਾਂ ਬਚਨਾਂ ਦੇ ਅੰਦਰ ਬੜੀ ਚਿੰਤਾ ਹੈ ਤੇ ਬੜਾ ਪ੍ਰੇਮ ਮਹਾਰਾਜ ਦੇ ਪ੍ਰਤੀ ਹੈ, ਇਹੋ ਜੀ ਬਾਣੀ ਇਹੋ ਜੇ ਬੋਲ ਬਾਬਾ ਕਾਲੂ ਜੀ ਆਪਣੇ ਮੁਖ ਤੋਂ ਕਹਿਣ ਲੱਗੇ। ਬੋਲਿਓ ਰੀਤ ਅਨੀਤ ਪਛਾਨੀ, ਇਉਂ ਮਹਾਰਾਜ ਦੀ ਜਿਹੜੀ ਇਉਂ ਤਰੀਕਾ ਹੈ ਗੁਰੂ ਸਾਹਿਬ ਦਾ ਉਹ ਚੰਗਾ ਨਹੀਂ ਲੱਗਦਾ, ਇਹ ਅਨੀਤੀ ਪਛਾਣ ਕਰਕੇ ਜਿਹੜਾ ਹਨ ਬਾਬਾ ਕਾਲੂ ਜੀ ਆਪਣੇ ਮੁਖ ਤੋਂ ਬੋਲੇ ਆ ਫਿਰ ਪੜੋ। ਬੋਲਿਓ ਰੀਤ ਅਨੀਤ ਪਛਾਨੀ, ਇਉਂ ਚੰਗੀ ਰੀਤੀ ਦੇ ਸਮਝਾਉਣ ਵਾਸਤੇ ਮਹਾਰਾਜ ਦੀ ਅਨੀਤੀ ਵੇਖ ਕਰਕੇ ਭਾਵ ਕੇ ਕੋਈ ਕੰਮ ਕਾਰ ਨਹੀਂ ਕਰਦੇ, ਇਉਂ ਮੁਖ ਤੋਂ ਬੋਲੇ ਆ। ਸੁਤ ਨਾਨਕ ਤੂੰ ਏਕ ਹਮਾਰੇ, ਕਹਿਣ ਲੱਗੇ ਹੇ ਪੁੱਤਰ ਨਾਨਕ
ਤੁਸੀਂ ਇਕਲੌਤੇ ਪੁੱਤਰ ਹੋ ਸਾਡੇ, ਨਹਿ ਦੂਸਰ ਜੋ ਕਾਜ ਸੰਭਾਰੇ, ਦੂਸਰਾ ਕੋਈ ਨਹੀਂ ਹੈ ਕਿ ਜਿਹੜਾ ਘਰ ਦਾ ਕੰਮ ਕਾਰ ਸੰਭਾਲ ਲਵੇ। ਤੁਮ ਨੈ ਤਜ ਦੀਨੋ ਅਸਰੀਤੂ, ਤੁਸੀਂ ਜਿਹੜਾ ਹੈ ਘਰ ਦਾ ਕੰਮ ਕਾਰ ਇਸ ਤਰੀਕੇ ਨਾਲ ਸਾਰਾ ਹੀ ਛੱਡ ਦਿੱਤਾ ਏ। ਜਿਉਂ ਵਿਰਾਗ ਦਿੜ ਹੋਤ ਅਤੀਤੂ, ਜਿਵੇਂ ਬੜਾ ਪੱਕਾ ਵਿਰਾਗ ਹੁੰਦਾ ਤੇ ਕੋਈ ਬੜਾ ਜਿਹੜਾ ਤਿਆਗੀ ਹੁੰਦਾ ਹੈ। ਕਹੋ ਗ੍ਰਸਤ ਸਿਉਂ ਕਿਉ ਬਣ ਆਵੇ, ਦੱਸੋ ਗ੍ਰਸਤੀ ਨੂੰ ਇਸ ਤਰ੍ਹਾਂ ਕਿਵੇਂ ਬਣ ਆ ਸਕਦਾ ਏ। ਨਿਸ ਬਾਸੁਰ ਬਿਨ ਕਾਮ ਬਿਤਾਵੇ, ਰਾਤ ਦਿਨ ਬਿਨਾ ਹੀ ਕੰਮ ਕਾਰ ਤੋਂ ਤੁਸੀਂ ਬਤੀਤ ਕਰਦੇ ਹੋ। ਬੁਝ ਜੀਵਤ ਜੇ ਲੇਤ ਸੰਭਾਰੀ, ਜੇ ਮੇਰੇ ਜਿਉਂਦਿਆਂ ਜੀ ਘਰ ਦਾ ਕੰਮ ਕਾਰ ਤੁਸੀਂ ਸਾਰਾ ਸੰਭਾਲ ਲੈਂਦੇ। ਹਉ ਜਾਣਤ ਸੁਤ ਹਵੇ ਸੁਖਕਾਰੀ, ਫਿਰ ਮੈਂ ਜਾਣਦਾ ਕਿ ਮੇਰਾ ਪੁੱਤਰ ਜਿਹੜਾ ਹੈ ਉਹ ਬੜਾ ਹੀ ਸੁਖੀ ਹੈ ਤੇ ਬੜਾ ਮੈਨੂੰ ਸੁਖ ਮਿਲੇਗਾ। ਤੁਝ ਜਨਮਤ ਮਨ ਭਾ ਪਰਵਾਸਾ, ਜਦੋਂ ਇਹ ਪੁੱਤਰ ਨਾਨਕ ਤੁਹਾਡਾ ਜਨਮ ਹੋਇਆ ਸੀ ਤੇ ਮੇਰੇ ਮਨ ਦੇ ਅੰਦਰ ਬੜਾ ਹੀ ਭਰੋਸਾ ਆਇਆ ਸੀ, ਬੜਾ ਮੇਰਾ ਚਿੱਤ ਜਿਹੜਾ ਨਿਸ਼ਚੇ ਵਿੱਚ ਹੋਇਆ ਸੀਗਾ। ਨਾਨਕ ਕਰਹਿ ਨਾਮ ਪ੍ਰਕਾਸ਼ਾ, ਇਹ ਮੇਰਾ ਪੁੱਤਰ ਨਾਨਕ ਮੇਰੇ ਨਾਮ ਦਾ ਬਹੁਤ ਭਾਰੀ ਪ੍ਰਕਾਸ਼ ਕਰੇਗਾ, ਮੇਰੇ ਨਾਮ ਨੂੰ ਬਹੁਤ ਭਾਰੀ ਫੈਲਾਵੇਗਾ। ਦਰਬ ਕਮਾਵਨ ਮੈਂ ਜਸ ਮੇਰੋ, ਧਨ ਦੇ ਕਮਾਉਣ ਦੇ ਅੰਦਰ ਜਿਹੜਾ ਮੇਰਾ ਜਸ ਹੈ। ਜਾਨਹਿ ਸਭ ਪੁਰ ਮਾਹਿਕ ਨੇਰੋ, ਸਾਰਾ ਨਗਰ ਜਿਹੜਾ ਨਾ ਉਹ ਚੰਗੀ ਤਰ੍ਹਾਂ ਜਾਣਦਾ ਪਹਿਚਾਣਦਾ ਹੈ। ਜਿਮ ਰਾਂਕਾ ਕੋ ਇੰਦ ਨਿਹਾਰੀ, ਜਿਵੇਂ ਇਸ ਪ੍ਰਕਾਰ ਪੂਰਨਮਾਸ਼ੀ ਦਾ ਜਿਹੜਾ ਚੰਦਰਮਾ ਉਸ ਨੂੰ ਵੇਖੀਦਾ ਏ। ਦੇਖ ਸਰਾਹੇ ਸਭ ਨਰ ਨਾਰੀ, ਦੇਖ ਕਰਕੇ ਮੇਰਾ ਪ੍ਰਤਾਪ ਸਭ ਪੁਰਸ਼ ਇਸਤਰੀਆਂ ਜਿਹੜੇ ਆ ਸਰਾਉਂਦੇ ਆ, ਇਹਨਾਂ ਮੇਰੇ ਧਨ ਦਾ ਪ੍ਰਤਾਪ ਹੈ, ਇੰਨੀ ਵੱਡੀ ਵਡਿਆਈ ਹੈ ਕਿ ਸਭ ਪੁਰਸ਼ ਇਸਤਰੀਆਂ ਜਿਹੜੇ ਆ ਪੂਰਨਮਾਸ਼ੀ ਦੇ ਚੰਦਰਮਾ ਦੀ ਤਰ੍ਹਾਂ ਵੇਖਦੇ ਆ ਤੇ ਉਹ ਸਲਾਉਂਦੇ ਆ, ਵਡਿਆਈ ਕਰਦੇ ਆ ਮੇਰੀ। ਰਾਹ ਸਰਸ ਤੂੰ ਭਾ ਕਰ ਮਾਹੀ, ਮੇਰੇ ਘਰ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਹਜ਼ੂਰ ਦੇ ਪਿਤਾ ਜੀ ਕਹਿੰਦੇ ਆ, ਜਿਵੇਂ ਚੰਦਰਮਾ ਨੂੰ ਗ੍ਰਹਿਣ ਲੱਗ ਜਾਂਦਾ ਨਾ ਰਾਹੂ ਦਾ, ਕਹਿੰਦੇ ਆ ਮੇਰੀ ਕੀਰਤੀ ਨੂੰ, ਕੀਰਤੀ ਰੂਪੀ ਚੰਦਰਮੇ ਨੂੰ ਤੂੰ ਜਿਹੜਾ ਮਹਾਰਾਜ ਨੂੰ ਕਹਿੰਦੇ ਤੁਸੀਂ ਰਾਹੂ ਦੀ ਤਰ੍ਹਾਂ ਗ੍ਰਹਿਣ ਲਾ ਦਿੱਤਾ ਹੈ ਸੱਚੇ ਪਾਤਸ਼ਾਹ ਜੀ ਦੇ ਤਾਈਂ। ਇਹੋ ਜਿਹੇ ਬੋਲ ਮਹਾਰਾਜ ਦੇ ਪਿਤਾ ਜੀ ਨੇ ਆਖੇ ਹੈ। ਇਹ ਨਹੀਂ ਪਤਾ ਮਹਾਰਾਜ ਦੇ ਪਿਤਾ ਜੀ ਨੂੰ ਕਿ ਇਹਨਾਂ ਕਰਕੇ ਇਹ ਤਲਵੰਡੀ ਨਗਰੀ ਕੀ ਸਾਰੀ ਕਾਇਨਾਤ ਬਾਬਾ ਕਾਲੂ ਜੀ ਤੁਹਾਨੂੰ ਜਾਣਨ ਲੱਗ ਜਾਵੇਗੀ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਜੈ ਜੈਕਾਰ ਦੇ ਜਿੱਥੇ ਡੰਕੇ ਵੱਜਣਗੇ ਉੱਥੇ ਤੁਹਾਨੂੰ ਵੀ ਸੰਸਾਰ ਯਾਦ ਕਰੇਗਾ। ਪਰ ਨਹੀਂ ਨਾ ਜਾਣਦੇ, ਮਾਇਆ ਨੇ ਚਿੱਤ ਭਰਮਾਇਆ ਹੋਇਆ। ਕਹਿੰਦੇ ਆ ਮੇਰਾ ਜਿਹੜਾ ਪ੍ਰਤਾਪ ਵੈ ਉਹ ਤਾਂ ਪੂਰਨਮਾਸ਼ੀ ਦੇ ਚੰਦਰਮਾ ਦੀ ਤਰ੍ਹਾਂ, ਤੁਸੀਂ ਘਰ ਵਿੱਚ ਜਨਮ ਲਿਆ ਤੇ ਮੇਰੇ ਪ੍ਰਤਾਪ ਰੂਪੀ ਚੰਦਰਮਾ ਨੂੰ ਰਾਹੂ ਦੀ ਤਰ੍ਹਾਂ ਗ੍ਰਹਿਣ ਲਾ ਦਿੱਤਾ ਏ। ਸਭ ਵਿਦ ਮੰਦ ਕਰਤ ਭਾ ਤਾਹੀ, ਸਾਰੇ ਤਰੀਕਿਆਂ ਨਾਲ ਮੇਰੇ ਪ੍ਰਤਾਪ ਦੇ ਜਿਹੜੇ ਇਸ ਪ੍ਰਕਾਰ ਪ੍ਰਕਾਸ਼ ਨੂੰ ਮੰਦ ਪਾ ਦਿੱਤਾ, ਭਾਵ ਘਟਾ ਦਿੱਤਾ ਏ। ਏਕ ਨਾ ਮਤ ਮਨ ਬਨਜ ਕਰਨ ਕੀ, ਇੱਕ ਵੀ ਮਨ ਦੇ ਅੰਦਰ ਮਤ ਨਹੀਂ, ਸਮਝ ਨਹੀਂ ਹੈ ਕਿਸੇ ਪ੍ਰਕਾਰ ਦੇ ਵਣਜ ਦੇ ਕਰਨ ਦੀ, ਵਪਾਰ ਦੇ ਕਰਨ ਦੀ। ਬਹੁਰ ਨਾ ਖੱਤਰੀ ਰੀਤ ਵਰਨ ਕੀ, ਬਹੁਰੋ ਖੱਤਰੀਆਂ ਦਾ ਜਿਹੜਾ ਵਰਨ ਹੈ ਉਹਦੀ ਵੀ ਕੋਈ ਚੰਗੀ ਰੀਤੀ ਜਿਹੜੀ ਆ ਤੁਹਾਨੂੰ ਨਹੀਂ ਆਉਂਦੀ ਚੰਗੀ ਚਾਲੀ। ਹਾਰਿਓ ਅਨਕ ਵਿਦਨ ਮਤ ਦੇ ਤੂ, ਜਿਹੜੇ ਸਾਰੇ ਸੰਸਾਰ ਨੂੰ ਹੀ ਰੀਤ ਦੱਸਣ ਆਏ ਹੈ। ਮਹਾਰਾਜ ਦੇ ਪਿਤਾ ਜੀ ਕਹਿੰਦੇ ਤੁਹਾਨੂੰ ਖੱਤਰੀਆਂ ਦੀ ਵੀ ਰੀਤੀ ਚੰਗੀ ਤਰ੍ਹਾਂ ਨਹੀਂ ਆਉਂਦੀ ਹੈ,
ਇਹ ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਦਾ ਵੇਖੋ ਕਿੱਡੀ ਵੱਡੀ ਨਿਮਰਤਾ ਏ। ਪਿਤਾ ਜੀ ਕਹਿੰਦੇ ਐ ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਸੁਣੀ ਜਾਂਦੇ ਐ। ਕੀ ਕਹਿੰਦੇ ਆ ਫਿਰ ਪੰਕਤੀ ਪੜੋ। ਹਾਰਿਓ ਅਨਕ ਬਿਦਨ ਮਤ ਦੇ ਤੂੰ। ਕਹਿੰਦੇ ਆ ਬਾਬਾ ਕਾਲੂ ਜੀ ਕਿ ਮੈਂ ਤਾਂ ਹਾਰ ਗਿਆ ਅਨੇਕਾਂ ਤਰੀਕਿਆਂ ਨਾਲ ਤੁਹਾਨੂੰ ਮਤ ਦੇ ਕਰਕੇ। ਕਬਹਿ ਕਮਾਏ ਨਾ ਲਿਆਏ ਨਕੇਤੂ। ਕਦੇ ਧਨ ਕਮਾ ਕਰਕੇ ਘਰ ਵਿਚ ਨਹੀਂ ਲੈ ਕੇ ਆਂਦਾ। ਜਨਕ ਬਚਨ ਤੂਸ਼ਨ ਕਰ ਸੁਣੀਆਂ। ਆਪਣੇ ਪਿਤਾ ਜੀ ਦੇ ਸਾਰੇ ਬਚਨ ਮਹਾਰਾਜ ਨੇ ਚੁੱਪ ਧਾਰ ਕੇ ਸੁਣੇ ਆ। ਜਿਉ ਅਡੋਲ ਬੈਠੇ ਵੱਡ ਮੁਨੀਆਂ। ਅਡੋਲ ਮਹਾਰਾਜ ਜੀ ਬੈਠੇ ਰਹੇ ਜਿਵੇਂ ਵੱਡਾ ਮੁਨੀ ਕੋਈ ਜਿਹੜਾ ਮੁਨੀਆਂ ਦਾ ਮਨੀਸ਼ਰ ਹੁੰਦਾ ਉਹ ਸਮਾਧੀ ਲਾ ਕੇ ਬੈਠਾ ਹੋਵੇ। ਇਵੇਂ ਮਹਾਰਾਜ ਚੁੱਪ ਧਾਰ ਕੇ ਸੱਚੇ ਪਾਤਸ਼ਾਹ ਪਿਤਾ ਜੀ ਦੀਆਂ ਗੱਲਾਂ ਸਾਰੀਆਂ ਜਿਹੜੀਆਂ ਬੜੀਆਂ ਕਠੋਰ ਬੋਲੀਆਂ ਚਿੰਤਾ ਵਾਲੀਆਂ ਬੋਲੀਆਂ ਵਿੱਚ ਪਿਆਰ ਦੇ ਬੋਲ ਵੀ ਬੋਲੇ ਐ ਇਹੋ ਸੁਣੇ ਹਨ ਸਾਰੇ ਮਹਾਰਾਜ ਨੇ। ਬਹੁ ਬਿਦ ਕੀ ਕਹਿ ਗਿਰਾ ਕਠੋਰਾ। ਬਹੁਤ ਤਰੀਕਿਆਂ ਨਾਲ ਇਹ ਕਠੋਰ ਬੋਲ ਕਹੇ ਐ ਮਹਾਰਾਜ ਦੇ ਪਿਤਾ ਜੀ ਨੇ। ਤੂਸ਼ਨ ਭਾ ਜਿਸ ਰੋਸ ਨਾ ਥੋੜਾ। ਫਿਰ ਚੁੱਪ ਕਰ ਗਏ ਐ ਐਸਾ ਜਿਨ੍ਹਾਂ ਨੂੰ ਥੋੜਾ ਰੋਸ ਨਹੀਂ ਭਾ ਬਹੁਤਾ ਗੁੱਸਾ ਹੈ ਬਾਬਾ ਕਾਲੂ ਜੀ ਨੂੰ ਮਨ ਦੇ ਅੰਦਰ। ਘਟਕਾ ਯੁਗਲ ਬਤੀਤੀ ਜਬ ਹੀ। ਜਦੋਂ ਦੋ ਘੜੀਆਂ ਇਸ ਤਰ੍ਹਾਂ ਬਤੀਤ ਹੋਈਆਂ ਨੇ। ਤਪ ਤਿਰਦਾ ਸੀਤਲ ਭਾ ਤਬ ਹੀ। ਜਦੋਂ ਤਪਦਾ ਹਿਰਦਾ ਫਿਰ ਕੁਝ ਸੀਤਲ ਹੋਇਆ ਠੰਡਾ ਹੋਇਆ ਹੈ। ਬਹਰੋ ਬੋਲੇ ਬੋਲ ਅਮੋਲਾ। ਬਹਰੋ ਮਹਾਰਾਜ ਅਮੋਲਕ ਹੀ ਬੋਲ ਗੁਰੂ ਨਾਨਕ ਸਾਹਿਬ ਜੀ ਆਪਣੇ ਮੁੱਖ ਤੋਂ ਬੋਲੇ ਹੈ। ਜਨ ਕਾਲੂ ਸੁਖ ਕੁਲਫਹਿ ਖੋਲਾ। ਜਾਣਨਾ ਕਰੋ ਇਹ ਬੋਲ ਕੀ ਮਹਾਰਾਜ ਨੇ ਬੋਲੇ ਹੈ ਕਿ ਬਾਬਾ ਕਾਲੂ ਜੀ ਦੇ ਸੁੱਖ ਦਾ ਜਿੰਦਰਾ ਹੀ ਖੋਲ ਦਿੱਤਾ ਹੈ। ਐਸੇ ਬੋਲ ਮਹਾਰਾਜ ਆਪਣੇ ਮੁੱਖ ਤੋਂ ਕਹੇ ਹੈ। ਬਖਸ਼ ਖਤਾ ਪਿਤ ਪਾਛਲ ਕੇਰੀ। ਕਹਿਣ ਲੱਗੇ ਪਿਤਾ ਜੀ ਜਿਹੜੀਆਂ ਸਾਡੀਆਂ ਪਿਛਲੀਆਂ ਖਤਾ ਭੁੱਲਾਂ ਹਨ ਉਹ ਆਪ ਕਿਰਪਾ ਕਰਕੇ ਬਖਸ਼ ਲਓ। ਨਹੀਂ ਬਿਗਾਰੋ ਕਾਰਜ ਫੇਰੀ। ਫਿਰ ਅਸੀਂ ਕੋਈ ਵੀ ਕਾਰਜ ਜਿਹੜਾ ਹੁਣ ਨਹੀਂ ਵਿਗਾੜਾਂਗੇ। ਜਿਉ ਰਾਵਰ ਕੀ ਹੋਏ ਰਜਾਈ। ਜਿਵੇਂ ਪਿਤਾ ਜੀ ਤੁਹਾਡੀ ਰਜਾ ਹੋਵੇਗੀ ਆਗਿਆ ਹੋਵੇਗੀ। ਤਿਉ ਮੈਂ ਕਰਹੋ ਪ੍ਰੀਤ ਲਗਾਈ। ਜਿਵੇਂ ਹੀ ਅਸੀਂ ਕਰਾਂਗੇ ਪ੍ਰੇਮ ਲਾ ਕਰਕੇ। ਉਚਿਤ ਕਰਨ ਕੇ ਮੋਕੋ ਜੋ ਸਾਡੇ ਕਰਨ ਵਾਸਤੇ ਉਚਿਤ ਹੈ ਯੋਗ ਹੈ। ਅਬ ਕਹੀਏ ਕਰੇ ਹੋ ਮੈਂ ਸੋ। ਹੁਣ ਕਹੋ ਪਿਤਾ ਜੀ ਮੈਂ ਉਸੇ ਤਰ੍ਹਾਂ ਹੀ ਅਸੀਂ ਕਰਨਾ ਕਰਾਂਗੇ। ਮ੍ਰਿਦੁਲ ਮਧੁਰ ਨੰਬਰੀ ਸੁਣ ਬਾਣੀ। ਬੋੜ ਕੋਮਲ ਤੇ ਇਸ ਪ੍ਰਕਾਰ ਮਿੱਠੀ ਨਿਮਰਤਾ ਵਾਲੀ ਬਾਣੀ ਜਦੋਂ ਬਾਬਾ ਕਾਲੂ ਜੀ ਨੇ ਸੁਣੀ ਹੈ ਸ਼੍ਰੀ ਗੁਰੂ ਜੀ ਦੇ ਮੁਖ ਤੋਂ। ਪੀ ਕਾਲੂ ਕੇ ਮਨ ਸੁਖਦਾਨੀ। ਬਾਬਾ ਕਾਲੂ ਜੀ ਦੇ ਮਨ ਦੇ ਅੰਦਰ ਬੜਾ ਹੀ ਸੁੱਖ ਪ੍ਰਾਪਤ ਹੋਇਆ। ਇਹ ਸੁੱਖ ਨੂੰ ਦੇਣ ਵਾਲੇ ਬਚਨ ਸੁਣੇ ਹਨ। ਜਾਣ ਆਪਣੇ ਸੁਤ ਅਨੁਸਾਰੀ। ਜਾਣਿਆ ਬਾਬਾ ਕਾਲੂ ਜੀ ਨੇ ਕਿ ਮੇਰਾ ਪੁੱਤਰ ਮੇਰੇ ਅਨੁਸਾਰੀ ਹੋ ਗਿਆ ਮੇਰੀ ਆਗਿਆ ਵਿੱਚ ਹੋ ਗਿਆ ਧਨ ਨੂੰ ਕਮਾਉਣ ਵਾਸਤੇ। ਧਨ ਖਾਟਨ ਕੀ ਗਿਰਾ ਉਚਾਰੀ। ਜਿਹੜੀ ਧਨ ਦੇ ਕਮਾਉਣ ਦੀ ਮੈਂ ਗੱਲ ਕਹੀ ਹੈ ਉਹ ਮੇਰੇ ਪੁੱਤਰ ਨੇ ਮੰਨ ਲਈ ਹੈ। ਸੁਨ ਸੁਤ ਪੂਰਬ ਭਾਕ੍ਰਿਖਕਾਰੀ। ਕਹਿਣ ਲੱਗੇ ਹੇ ਪੁੱਤਰ ਨਾਨਕ ਸੁਣ
ਜੋ ਪਹਿਲਾਂ ਤੁਸਾਂ ਖੇਤੀ ਕੀਤੀ ਸੀਗੀ। ਬਸ ਚਰਾਏ ਸੋ ਦੀਨ ਉਜਾਰੀ, ਉਹ ਤਾਂ ਸਾਰੀ ਪਸ਼ੂਆਂ ਨੂੰ ਚਾਰ ਦਿੱਤੀ ਤੇ ਉਜਾੜਾ ਕਰ ਦਿੱਤਾ ਸਾਰਾ ਹੀ। ਮੁਝ ਮਨ ਮੈਂ ਥੀ ਐਸ ਵਿਚਾਰਾ, ਮੇਰੇ ਮਨ ਦੇ ਅੰਦਰ ਤਾਂ ਇਸ ਤਰ੍ਹਾਂ ਦੀ ਵਿਚਾਰ ਸੀਗੀ ਜੋ ਮੈਂ ਸੋਚਿਆ ਸੀਗਾ। ਦਿਓ ਵਸਾਏ ਇੱਕ ਗ੍ਰਾਮ ਨਿਰਾਰਾ, ਤੁਹਾਨੂੰ ਇੱਕ ਵੱਖਰਾ ਹੀ ਨਗਰ ਜਿਹੜਾ ਮੈਂ ਵਸਾ ਦੇਵਾਂਗਾ। ਸੋ ਤੋ ਰਹੇ ਮਨੋਰਥ ਮੇਰੇ, ਉਹ ਤਾਂ ਮੇਰੇ ਮਨੋਰਥ ਮੇਰੇ ਮਨ ਦੇ ਜਿਹੜੇ ਸੰਕਲਪ ਸੀ ਇੱਛਾ ਸੀਗੀਆਂ ਵਿੱਚ ਹੀ ਰਹਿ ਗਈਆਂ ਨੇ। ਪੰਗ ਤਕਹੇ ਜੋ ਗਿਰ ਸਿਰ ਹੇਰੇ, ਜਿਵੇਂ ਪਿੰਗਲਾ ਕੋਈ ਤੱਕ ਲਵੇ ਇਸ ਪ੍ਰਕਾਰ ਮਨ ਵਿੱਚ ਸੋਚ ਲਵੇ ਕਿ ਮੈਂ ਗਿਰ ਪਰਬਤ ਦਾ ਜਿਹੜਾ ਸਿਰ ਚੋਟੀ ਹੈ ਉਹ ਵੇਖਣੀ ਹੈ, ਪਰ ਕਿਵੇਂ ਵੇਖ ਸਕਦਾ ਨਾ, ਉਹ ਮੇਰੇ ਸਾਰੇ ਸੰਕਲਪ ਇਉਂ ਹੀ ਕੀਤੇ ਰਹਿ ਗਏ ਜਿਵੇਂ ਪਿੰਗਲਾ ਪਹਾੜ ਦੀ ਚੋਟੀ ਤੇ ਚੜ ਕੇ ਜਿਹੜਾ ਉਸ ਚੋਟੀ ਨੂੰ ਨਹੀਂ ਵੇਖ ਸਕਦਾ, ਇਵੇਂ ਹੀ ਮੈਂ ਤਾਂ ਉਹ ਕੀਤੇ ਹੋਏ ਸੰਕਲਪ ਸਾਰੇ ਮੇਰੇ ਵਿਅਰਥ ਗਏ ਨੇ। ਮੁਝ ਤੇ ਬੀਸ ਕਾਰ ਖਿੱਕ ਲੀਜੈ, ਹੁਣ ਤੁਸੀਂ ਐਂ ਕਰੋ ਮੇਰੇ ਕੋਲੋਂ 20 ਰੁਪਈਏ ਜਿਹੜੇ ਹੈ ਉਹ ਲੈਣਾ ਕਰੋ। ਆਨ ਸਥਾਨ ਪਿਆਨੋ ਕੀਜੈ, ਹੋਰ ਥਾਂ ਤੇ ਫਿਰ ਤੁਸੀਂ ਜਿਹੜਾ ਹੈ ਜਾਣਾ ਕਰੋ। ਹੇਰ ਲਾਭ ਦਾ ਵਸਤ ਵਿਚਾਰੀ, ਜਿਹੜੀ ਲਾਭ ਵਾਲੀ ਵਸਤੂ ਵੇਖੋ ਨਾ ਵਿਚਾਰ ਕਰਕੇ। ਬਨ ਜੋ ਨਿਜ ਮਤ ਕੇ ਅਨੁਸਾਰੀ, ਆਪਣੀ ਮਤ ਨਾਲ ਆਪਣੀ ਸਿਆਣਪ ਨਾਲ ਫਿਰ ਉਹ ਵਸਤ ਨੂੰ ਖਰੀਦ ਲਓ ਤੇ ਉਹਨੂੰ ਫਿਰ ਵੇਚੋ, ਉਹਦਾ ਵਣਜ ਕਰਨਾ ਕਰੋ। ਅਬ ਕੇ ਜੇ ਆਨੋ ਸ਼ੁਭ ਸੌਦਾ, ਜੇ ਇਸ ਵਾਰ ਹੁਣ ਜੇ ਤੁਸੀਂ ਲਿਆਓਗੇ ਬਹੁਤ ਜ਼ਿਆਦਾ ਚੰਗਾ ਸੌਦਾ ਖਰੀਦ ਕਰਕੇ, ਪੁੰਨ ਬਹੁ ਧਨ ਦਿਓ ਔਰ ਭਰ ਮੋਦਾ, ਤੇ ਮੈਂ ਹਿਰਦੇ ਵਿੱਚ ਬਹੁਤ ਆਨੰਦ ਭਰ ਕਰਕੇ ਫਿਰ ਬਹੁਤ ਸਾਰਾ ਧਨ ਜਿਹੜਾ ਤੁਹਾਨੂੰ ਦੇਵਾਂਗਾ। ਨਿਜ ਪੂੰਜੀ ਤੁਮ ਰੱਖੋ ਨਿਰਾਲੀ, ਤੇ ਆਪਣੀ ਜਿਹੜੀ ਪੂੰਜੀ ਹੈ ਨਾ ਧਨ ਦੀ ਜਿਹੜੀ ਉਹ ਤੁਸੀਂ ਫਿਰ ਵੱਖਰੀ ਹੀ ਜਿਹੜੀ ਆ ਹੁਣ ਰੱਖਣਾ ਕਰਿਓ। ਕਰੋ ਬਣਜ ਇਹ ਰੀਤ ਸੁਖਾਲੀ, ਇਹ ਬਣਜ ਹੁਣ ਜਿਹੜਾ ਤੁਸੀਂ ਕਰਨਾ ਕਰੋ ਚੰਗੀ ਸੁਖਦਾਈ ਰੀਤੀ ਦੇ ਨਾਲ। ਦਿਨ ਪ੍ਰਤ ਦਰਬ ਵਧਾਵੋ ਭਾਰੀ, ਹਰ ਰੋਜ਼ ਬਹੁਤ ਜ਼ਿਆਦਾ ਧਨ ਜਿਹੜਾ ਉਹਨੂੰ ਵਧਾਉਣਾ ਕਰੋ। ਬਹੁਰ ਸਪੂਤ ਕਹੇ ਨਰ ਨਾਰੀ, ਹੋਰ ਫਿਰ ਜਿਹੜੇ ਸਾਰੇ ਪੁਰਸ਼ ਇਸਤਰੀਆਂ ਨਾ ਤਲਵੰਡੀ ਦੇ ਲੋਕ, ਇਹ ਤੁਹਾਨੂੰ ਸ੍ਰੇਸ਼ਟ ਪੁੱਤਰ ਕਹਿਣਗੇ ਕਿ ਸਪੂਤ ਹੈ ਬਾਬੇ ਕਾਲੂ ਦਾ ਪੁੱਤਰ। ਬਾਲਾ ਲੇ ਹੋ ਦੂਸਰਾ ਸੰਗਾ, ਦੂਸਰਾ ਜਿਹੜਾ ਭਾਈ ਬਾਲਾ ਏ ਉਹਨੂੰ ਆਪਣੇ ਨਾਲ ਲੈਣਾ ਕਰੋ। ਸੁਤ ਜਾਵੋ ਅਬ ਸਹਿਤ ਉਮੰਗਾ, ਇਹ ਪੁੱਤਰ ਨਾਨਕ ਹੁਣ ਜਾਓ ਤੁਸੀਂ ਬਹੁਤ ਉਤਸ਼ਾਹ ਦੇ ਨਾਲ। ਕਹਿ ਬਾਲਾ ਸੁਨ ਗੁਰ ਦੁਖ ਕਦਨ, ਤੇ ਸਮੇਂ ਕਹਿਣ ਲੱਗੇ ਭਾਈ ਬਾਲਾ ਜੀ ਕਹਿੰਦੇ ਹੈ ਸੁਣੋ ਦੁੱਖਾਂ ਨੂੰ ਕੱਟਣ ਵਾਲੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ, ਅਥਵਾ ਕਹਿੰਦੇ ਆ ਸੁੱਖਾਂ ਦੁੱਖਾਂ ਨੂੰ ਕੱਟਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੁਣ ਕਰਕੇ। ਦਾਸ ਪਠਾਇਓ ਤਬ ਮੁਝ ਸਦਨ, ਮੇਰੇ ਘਰ ਦੇ ਅੰਦਰ ਸਤਿਗੁਰਾਂ ਜੀ ਨੇ ਤਿਸ ਸਮੇਂ ਮਹਾਰਾਜ ਦੇ ਪਿਤਾ ਜੀ ਨੇ ਇੱਕ ਦਾਸ ਨੌਕਰ ਜਿਹੜਾ ਸੀ ਭੇਜਣਾ ਕੀਤਾ। ਗਯੋ ਸੰਗ ਮੈਂ ਤਿਹ ਅਸਥਾਨ, ਤੇ ਤਿਸ ਥਾਂ ਤੇ ਮੈਂ ਨੌਕਰ ਦੇ ਨਾਲ ਚੱਲ ਪਿਆ। ਜਹ ਕਾਲੂ ਨਾਨਕ ਗਤਦਾਨ, ਜਿੱਥੇ ਬਾਬਾ ਕਾਲੂ ਜੀ ਤੇ ਮੁਕਤੀ ਦਾਤਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਮੁਝ ਕੋ ਸਾਦਰ ਨਿਕਟ ਬਿਠਾਇਆ, ਮੈਨੂੰ ਬੜੇ ਸਤਿਕਾਰ ਨਾਲ ਆਪਣੇ ਕੋਲ ਬਿਠਾਉਣਾ ਕੀਤਾ। ਹਿਤ ਭੇਜਣ ਕੇ ਬਚਨ ਅਲਾਇਆ, ਗੁਰੂ ਨਾਨਕ ਸਾਹਿਬ ਦੇ ਨਾਲ ਭੇਜਣ ਵਾਸਤੇ
ਮਹਾਰਾਜ ਦੇ ਪਿਤਾ ਜੀ ਨੇ ਬਚਨ ਕਹਿਣਾ ਕੀਤਾ। ਸੁਣ ਬਾਲੇ ਤੂੰ ਹੈ ਮਤਵਾਨ, ਕਹਿਣ ਲੱਗੇ ਸੁਣ ਭਾਈ ਬਾਲੇ ਤੂੰ ਬੜਾ ਹੀ ਮਤਵਾਨ, ਬੜਾ ਹੀ ਸਿਆਣਾ ਹੈ। ਕੀਜੈ ਨਾਨਕ ਸੰਗ ਪਿਆਨ, ਹੁਣ ਤੂੰ ਮੇਰੇ ਪੁੱਤਰ ਨਾਨਕ ਦੇ ਨਾਲ ਜਿਹੜਾ ਹੈ ਉਹ ਤੂੰ ਚੱਲਣਾ ਕਰ, ਜਾਣਾ ਕਰ। ਹੋਏ ਲਾਭ ਦਾ ਸੌਦਾ ਜੋ, ਜਿਹੜਾ ਬਹੁਤ ਜ਼ਿਆਦਾ ਲਾਭ ਵਾਲਾ ਕੋਈ ਖਰਾ ਸੌਦਾ ਹੋਵੇ। ਲੇਹੋ ਸੰਭਾਰ ਆਨੀਏ ਸੋ, ਉਹ ਸੰਭਾਲ ਕਰਕੇ ਲੈ ਕੇ ਖਰੀਦ ਕੇ ਲੈ ਕੇ ਆਉਣਾ ਕਰੋ। ਅਸ ਕਹਿ ਬੀਸ ਰਜਤ ਪਣ ਦੀਨੇ, ਇਸ ਤਰ੍ਹਾਂ ਕਹਿ ਕਰਕੇ ਭਾਈ ਬਾਲਾ ਜੀ ਕਹਿੰਦੇ ਹੈ ਮੈਨੂੰ 20 ਰੁਪਈਏ ਜਿਹੜੇ ਸੀ ਦੇਣਾ ਕੀਤੇ। ਪਲ ਬਿਦ ਸੋ ਮੁਝ ਸੌਂਪਣ ਕੀਨੇ, ਭਲੇ ਤਰੀਕੇ ਨਾਲ ਮੈਨੂੰ ਜਿਹੜੇ ਸੀ ਮਹਾਰਾਜ ਦੇ ਪਿਤਾ ਜੀ ਨੇ 20 ਰੁਪਈਏ ਸੌਂਪਣਾ ਕੀਤੇ। ਭਾ ਤਿਆਰ ਮੈਂ ਮਾਨ ਨਦੇਸਾ, ਮੈਂ ਮਨ ਕਰਕੇ ਆਗਿਆ ਮਹਾਰਾਜ ਦੇ ਪਿਤਾ ਜੀ ਦੀ ਤੇ ਸਮੇਂ ਨਾਲ ਚੱਲਣ ਵਾਸਤੇ ਤਿਆਰ ਹੋ ਗਿਆ। ਚਲੇ ਮੁਕੰਦ ਜੇ ਘਟਤ ਕਲੇਸ਼ਾ, ਚਲੇ ਮੁਕੰਦ ਜੇ ਘਟਤ ਕਲੇਸ਼ਾ। ਚੱਲੇ ਹਨ ਮੁਕਤੀ ਦਾਤਾ ਧੰਨ ਗੁਰੂ ਨਾਨਕ ਸਾਹਿਬ ਜੀ, ਜੋ ਦੁੱਖਾਂ ਨੂੰ ਹੀ ਮਹਾਰਾਜ ਕੱਟੀ ਜਾਂਦੇ ਆ। ਚਾਰ ਪਟੰਬਰ ਕੀ ਇਕਲਾਈ, ਬਹੁਤ ਸੁੰਦਰ ਪਸ਼ਮੀਨੇ ਦੀ ਰੇਸ਼ਮੀ ਬਸਤਰ ਦੀ ਇੱਕ ਜਿਹੜੀ ਸੁੰਦਰ ਚਾਦਰ ਹੈ। ਸੋ ਲੀਨੀ ਮੈਂ ਕੰਧ ਉਚਾਈ, ਉਹ ਮੈਂ ਆਪਣੇ ਮੋਢੇ ਤੇ ਤਿਸ ਸਮੇਂ ਭਾਈ ਬਾਲਾ ਜੀ ਕਹਿੰਦੇ ਜਿਹੜੀ ਸੀ ਉਠਾ ਲੈਣਾ ਕੀਤੀ। ਵਹਿਰ ਨਗਰ ਤੇ ਕੇਤਕ ਦੂਰੀ, ਬਾਹਰ ਨਗਰ ਤੋਂ ਕਿੰਨੀ ਕ ਦੂਰ ਤੱਕ। ਕਾਲੂ ਦੇ ਤਹਿ ਸਿਖਵਨ ਭੂਰੀ, ਬਾਬਾ ਕਾਲੂ ਜੀ ਨਾਲ ਆਏ ਹੈ ਤੇ ਬਹੁਤ ਜ਼ਿਆਦੀਆਂ ਜਿਹੜੀਆਂ ਚੰਗੀਆਂ ਸਿੱਖਿਆਵਾਂ ਜਿਹੜੀਆਂ ਧਨ ਦੇ ਕਮਾਉਣ ਦੀਆਂ ਉਹ ਨਾਲ ਨਾਲ ਮਹਾਰਾਜ ਨੂੰ ਦਿੰਦੇ ਆ ਰਹੇ ਆ। ਨਗਰ ਤੋਂ ਬਾਹਰ ਬੜੀ ਦੂਰ ਤੱਕ ਆਏ ਆ। ਬਹੁਰ ਹਟਿਓ ਕਰ ਮੋਹ ਕਨੇਰਾ, ਬਹੁਤ ਜ਼ਿਆਦਾ ਸ਼੍ਰੀ ਗੁਰੂ ਜੀ ਦੇ ਨਾਲ ਮੋਹ ਕਰਦੇ ਹੋਏ ਮਹਾਰਾਜ ਦੇ ਪਿਤਾ ਜੀ ਬਾਹਰੋਂ ਪਿੱਛੇ ਨੂੰ ਹਟੇ ਆ। ਬਾਰ ਬਾਰ ਪਾਛਲ ਦਿਸ ਹੇਰਾ, ਬਾਰ ਬਾਰ ਮਹਾਰਾਜ ਨੂੰ ਤੁਰੇ ਜਾਂਦਿਆਂ ਵੇਖਦੇ ਆ ਸਾਨੂੰ ਤੇ ਫਿਰ ਵੀ ਪਿੱਛੇ ਨੂੰ ਮੁੜ ਮੁੜ ਕੇ ਮਹਾਰਾਜ ਦੇ ਪਿਤਾ ਜੀ ਵੇਖਦੇ ਆ। ਮਹਾਰਾਜ ਨਾਲ ਬਹੁਤ ਮੋਹ ਕਰਦੇ ਆ। ਮੰਦ ਮੰਦ ਪੱਗ ਧਰ ਗੁਣ ਮੰਦਰ, ਗੁਣਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ ਹੌਲੀ ਹੌਲੀ ਹਜੂਰ ਕਦਮ ਰਸਤੇ ਤੇ ਧਰਦੇ ਨੇ। ਚਲਤ ਪੰਥ ਭਾਖਤ ਬਚ ਸੁੰਦਰ, ਬਹੁਤ ਸੁੰਦਰ ਬਚਨ ਕਹਿੰਦੇ ਹੋਏ ਮਹਾਰਾਜ ਰਸਤੇ ਤੇ ਚੱਲਦੇ ਆ। ਭਗਤ ਵਿਰਾਗ ਗਿਆਨ ਗੁਣਸਾਨੀ, ਐਸੇ ਬਚਨ ਮਹਾਰਾਜ ਆਪਣੇ ਮੁਖ ਤੋਂ ਕਰ ਰਹੇ ਆ ਜਿਨ੍ਹਾਂ ਬਚਨਾਂ ਵਿੱਚ ਪ੍ਰੇਮਾ ਭਗਤੀ ਮਿਲੀ ਹੋਈ ਹੈ। ਪ੍ਰੇਮਾ ਭਗਤੀ ਦੀ ਦਾਤ ਪ੍ਰਾਪਤ ਹੁੰਦੀ ਹੋਵੇ ਤੇ ਗਿਆਨ ਪ੍ਰਾਪਤ ਹੋਵੇ ਤੇ ਵੈਰਾਗ ਪ੍ਰਾਪਤ ਹੋਏ ਜਿਨ੍ਹਾਂ ਬਚਨਾਂ ਤੋਂ। ਮੁਝ ਉਪਦੇਸ਼ਨ ਕਹਿਤ ਕਹਾਣੀ, ਭਾਈ ਬਾਲਾ ਜੀ ਕਹਿੰਦੇ ਜਿਨ੍ਹਾਂ ਤੋਂ ਮੈਨੂੰ ਉਪਦੇਸ਼ ਮਿਲੇ, ਇਹੋ ਜਿਹੇ ਬਚਨ ਇਹੋ ਜਿਹੀਆਂ ਕਹਾਣੀਆਂ ਇਹੋ ਜਿਹੇ ਬੋਲ ਸਤਿਗੁਰੂ ਜੀ ਆਪਣੇ ਮੁੱਖ ਤੋਂ ਕਹਿੰਦੇ ਹੈ ਜਿਨ੍ਹਾਂ ਵਿੱਚ ਭਗਤੀ ਗਿਆਨ ਤੇ ਵੈਰਾਗ ਮਿਲਿਆ ਹੋਇਆ ਏ। ਗ੍ਰਾਮ ਨਗਰ ਮਾਰਗ ਮਹਿ ਜੇਤੇ, ਜਿੰਨੇ ਰਸਤੇ ਦੇ ਅੰਦਰ ਛੋਟੇ ਵੱਡੇ ਨਗਰ ਸ਼ਹਿਰ ਆਏ ਹਨ, ਸਹਿਜ ਸਹਿਜ ਉਲੰਘੇ ਸਭ ਤੇਤੇ, ਹੌਲੀ ਹੌਲੀ ਉਹ ਸਾਰੇ ਹੀ ਅਸੀਂ ਲੰਘ ਗਏ। ਚਲਤ 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 ਆਇਓ ਇੱਕ ਕਾਨਨ, ਚਲਦਿਆਂ ਚਲਦਿਆਂ ਸਾਨੂੰ ਇੱਕ ਜੰਗਲ ਸੰਘਣਾ ਆ ਗਿਆ। ਤਾਹੇ ਬਿਲੋਕਤ ਸ੍ਰੀ ਕਮਲਾਨਨ, ਸ੍ਰੀ ਕਮਲ ਮੁਖੜੇ ਵਾਲੇ, ਕਮਲ ਸ਼੍ਰੀ ਕੇ ਮੁਖੜੇ ਵਾਲੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ
ਤਿਸ ਜੰਗਲ ਦੇ ਤਾਈ ਵੇਖ ਕਰਕੇ ਸੁੰਦਰ ਆਸ਼ਰਮ ਏਕ ਨਿਹਾਰੀ। ਉੱਥੇ ਇੱਕ ਬਹੁਤ ਜ਼ਿਆਦਾ ਸੁੰਦਰ ਆਸ਼ਰਮ ਜਿਹੜਾ ਸੀ ਸੱਚੇ ਪਾਤਸ਼ਾਹ ਜੀ ਨੇ ਵੇਖਣਾ ਕੀਤਾ। ਜਹੇ ਤਪੀਸ਼ ਤਪ ਤਾਂ ਪਿਹ ਭਾਰੀ, ਜਿੱਥੇ ਜਿਹੜੇ ਤਪੀਸ਼ਰ ਵੈ ਬਹੁਤ ਜ਼ਿਆਦਾ ਭਾਰੀ ਤਪ ਜਿਹੜਾ ਹੈ ਉਹ ਤਪ ਰਹੇ ਹੈ। ਕਿਹ ਆਸਨ ਕੀਏ ਊਰਦ ਬਾਹੂ, ਕਿਸੇ ਨੇ ਇਸ ਪ੍ਰਕਾਰ ਆਸਨ ਜਿਹੜਾ ਨਾ ਉਤਾਂਹ ਨੂੰ ਬਾਹਾਂ ਖੜੀਆਂ ਕਰਕੇ ਇਉਂ ਕਿਸੇ ਨੇ ਆਸਣ ਲਾਇਆ ਹੋਇਆ ਤੇ ਜਿਹੜਾ ਸਿੱਧਾ ਖੜਾ ਹੈ ਊਰਦ ਬਾਹਾਂ ਭਾਵ ਉੱਪਰ ਨੂੰ ਸਿੱਧੀਆਂ ਬਾਹਾਂ ਉਹ ਕਰਕੇ ਖਲੋਤਾ ਏ। ਬਿਟਪਨ ਲਟਕਤ ਕੋ ਉਲਟਾਹੂ, ਕੋਈ ਜਿਹੜੇ ਆ ਰੁੱਖਾਂ ਨਾਲ ਆਪਣੇ ਜਿਹੜੇ ਆ ਪੈਰਾਂ ਨੂੰ ਬੰਨ ਕਰਕੇ ਉਲਟੇ ਲਟਕ ਰਹੇ ਹੈ, ਇਹ ਹੱਠ ਤਪ ਜਿਹੜਾ ਹੈ ਉਹ ਕਰ ਰਹੇ ਹਨ। ਏਕ ਚਰਨ ਪਰ ਕੋ ਇੱਕ ਠਾਂਡੇ, ਕੋਈ ਇੱਕ ਐਸਾ ਵੀ ਹੈ ਜਿਹੜਾ ਇੱਕ ਪੈਰ ਦੇ ਭਾਰ ਖੜਾ ਏ। ਸੁਖ ਪਰਲੋਕ ਜਿਨਹੇ ਰੁਚ ਬਾਡੇ, ਪਰਲੋਕ ਦੇ ਸੁੱਖਾਂ ਵਾਸਤੇ ਜਿਨ੍ਹਾਂ ਦੇ ਮਨ ਦੀ ਰੁਚੀ ਇੱਛਾ ਜਿਹੜੀ ਹੈ ਬੜੀ ਵਧੀ ਹੋਈ ਜਾਪਦੀ ਹੈ। ਕਾਹੂ ਸਿਧਾਸਨ ਕੋ ਪਦਮਾਸਨ, ਕੋਈ ਤਾਂ ਸਿੱਧ ਆਸਣ ਲਾ ਕਰਕੇ ਉਹ ਬੈਠੇ ਹੋਏ ਹੈ। ਸਿੱਧ ਆਸਣ ਜਿਹੜਾ ਹੁੰਦਾ ਹੈ ਜਿਹੜੀ ਖੱਬੀ ਅੱਡੀ ਹੈ ਉਹ ਇਸ ਪ੍ਰਕਾਰ ਉਪਸਥਲ ਤੋਂ ਤੇ ਉਪਸਥ ਤੋਂ ਤੇ ਗੁਦਾ ਤੋਂ ਵਿਚਕਾਰ ਜਿਹੜੀ ਸੀਣ ਹੁੰਦੀ ਹੈ ਉੱਥੇ ਲਾ ਕਰਕੇ ਤੇ ਸੱਜੀ ਅੱਡੀ ਜਿਹੜੀ ਹੈ ਉਪਸਥ ਤੋਂ ਉੱਪਰ ਰੱਖਣੀ ਹੁੰਦੀ ਹੈ, ਇਸ ਤਰ੍ਹਾਂ ਇਹਨੂੰ ਸਿੱਧ ਆਸਣ ਕਹਿੰਦੇ ਆ। ਤੇ ਜਿਹੜਾ ਪਦਮ ਆਸਣ ਹੁੰਦਾ ਹੈ ਉਹ ਇਸ ਪ੍ਰਕਾਰ ਜਿਹੜਾ ਹੈ ਦੋਵੇਂ ਚਰਨ ਦੋਹਾਂ ਪੱਟਾਂ ਦੇ ਉੱਪਰ ਟਿਕਾਉਣੇ ਹੁੰਦੇ ਆ, ਇਸ ਨੂੰ ਪਦਮ ਆਸਣ ਕਿਹਾ ਜਾਂਦਾ ਹੈ। ਕਿਸੇ ਨੇ ਸਿੱਧ ਆਸਣ ਲਾਇਆ ਹੋਇਆ ਹੈ, ਕਿਸੇ ਨੇ ਪਦਮ ਆਸਣ ਲਾਇਆ ਹੋਇਆ ਏ। ਬਾਰ ਪਾਨ ਕੋ ਰਹਿਤ ਬਿਨਾਸਨ, ਤੇ ਕੋਈ ਇਸ ਪ੍ਰਕਾਰ ਹੈ ਕਿ ਪਾਣੀ ਤੋਂ ਬਿਨਾ ਹੀ ਰਹਿੰਦਾ ਹੈ। ਫਿਰ ਪੜੋ, ਬਾਰ ਪਾਨ ਕੋ ਰਹਿਤ ਬਿਨਾਸਨ, ਬਾਰ ਪਾਨ ਕੋ ਜਿਹੜਾ ਹੈ ਕੋਈ, ਉਹ ਜਿਹੜਾ ਹੈ ਬਾਰ ਪਾਣੀ ਦੇ ਤਾਂ ਹੀ ਪੀ ਕਰਕੇ ਜਿੱਦਾਂ ਭਜਨ ਕਰ ਰਿਹਾ ਹੈ। ਤੇ ਬਿਨ ਅਸਨ, ਬਿਨਾਸਨ ਪਾਠ ਹੈ ਪਰ ਇਸ ਤੋਂ ਅਰਥ ਨਿਕਲਦਾ ਬਿਨ ਅਸਨ, ਕੋਈ ਭੋਜਨ ਤੋਂ ਅਸਨ ਅਸਨ ਤੋਂ ਭਾਵ ਹੈ ਭੋਜਨ, ਕੋਈ ਭੋਜਨ ਤੋਂ ਬਿਨਾ ਹੀ ਭੁੱਖਾ ਹੀ ਭਜਨ ਕਰ ਰਿਹਾ ਏ। ਸਵੇਤ ਰੰਗ ਲਾਗੀ ਭਸਮ ਅੰਗਾ, ਚਿੱਟਾ ਰੰਗ ਦੀ ਜਿਹੜੀ ਭਸਮ ਹੈ ਉਹ ਸਵਾਹ ਸਾਰੇ ਅੰਗਾਂ ਨਾਲ ਲੱਗੀ ਹੋਈ ਹੈ। ਜਟਾ ਸੀਸ ਜਿਨ ਧੂਸਰ ਰੰਗਾ, ਸਿਰ ਦੇ ਉੱਤੇ ਇਸ ਪ੍ਰਕਾਰ ਜਿਹੜੀਆਂ ਹਨ ਉਹ ਜਟਾਵਾਂ ਬੱਝੀਆਂ ਹੋਈਆਂ ਹਨ, ਤੇ ਜਿਹੜਾ ਮਟਿਆਲਾ ਜਿਹਾ ਰੰਗ ਹੁੰਦਾ ਮਿੱਟੀ ਆਲਾ ਉਹ ਰੰਗ ਹੈ ਉਹਨਾਂ ਦੇ ਸਰੀਰ ਦਾ। ਕਿਨ ਬਲਕਲ ਲੀਏ ਕੋ ਅੰਗ ਨੰਗਾ, ਕਿਸੇ ਨੇ ਤੇ ਇਸ ਪ੍ਰਕਾਰ ਜਿਹੜੇ ਭੋਜ ਪੱਤਰ ਹੁੰਦੇ ਹੈ ਉਹ ਬੰਨੇ ਹੋਏ ਹੈ, ਤੇ ਕੋਈ ਜਿਹੜਾ ਸਾਧੂ ਉਹ ਨੰਗਾ ਹੀ ਹੈ। ਅਗਨ ਉਸ਼ਨ ਸੋ ਕੋਏ ਉਮੰਗਾ, ਤੇ ਕੋਈ ਧੂਣੀਆਂ ਤਾ ਕਰਕੇ ਬੜੇ ਅੱਗ ਦੇ ਸੇਕ ਨਾਲ ਉਤਸ਼ਾਹ ਦੇ ਸਹਿਤ ਜਿਹੜਾ ਹੈ ਉਹ ਇਉਂ ਤਪ ਕਰ ਰਿਹਾ ਏ। ਕੋ ਬੈਠੇ ਜਲ ਕੰਠ ਬ੍ਰਹਮਾਨਾ, ਤੇ ਕੋਈ ਬੈਠਾ ਹੋਇਆ ਜਲ ਦੇ ਅੰਦਰ ਗਲ ਗਲ ਤੱਕ ਜਿਹੜਾ ਹੈ ਉਹ ਜਲ ਵਿੱਚ ਬੈਠ ਕਰਕੇ ਤਪ ਕਰ ਰਿਹਾ ਏ। ਸਿਮਰ ਇਕਾਕੀ ਕੋ ਭਗਵਾਨਾ, ਤੇ ਕੋਈ ਇਕਾਂਤ ਚਿੱਤ ਹੋ ਕਰਕੇ ਭਗਵਾਨ ਦਾ ਸਿਮਰਨ ਕਰ ਰਿਹਾ ਏ। ਕੋ ਠੰਡੋ ਦਿਨ ਰੈਨ ਬਿਤਾਵੇ, ਕੋਈ ਖੜਾ ਹੈ ਰਾਤ ਦਿਨ ਇਉਂ ਖੜਾ ਹੋ ਕਰਕੇ ਬਤੀਤ ਕਰ ਰਿਹਾ ਏ। ਕੋ ਮੋਨੀ ਨਹਿ ਬਚਨ ਅਲਾਵੇ, ਕੋਈ ਮੋਨੀ ਹੈ ਮੁੱਖ ਤੋਂ ਬੋਲਦਾ ਹੀ ਨਹੀਂ, ਆਪਣਾ ਕੋਈ ਬਚਨ ਨਹੀਂ ਮੁੱਖ ਤੋਂ ਕਹਿੰਦਾ ਹੈ। ਕੋ ਨਿਜ ਬ੍ਰਿਤ ਨਿਰੋ
ਨਿਰੋਧਨ ਕਰਹੀ। ਤੇ ਕੋਈ ਇਹੋ ਜਿਹਾ ਜਿਹੜੇ ਆਪਣੇ ਅੰਦਰ ਦੀ ਬਿਰਤੀ ਨੂੰ ਨਿਰੋਧ ਕਰਦੇ ਆ, ਰੋਕਦੇ ਆ ਵਿਕਾਰਾਂ ਵੱਲੋਂ। ਸੁਖ ਜੋ ਸੁਰਗ ਤ੍ਰਿਣ ਸਮ ਪਰ ਹਰਹੀ। ਜਿਹੜੇ ਸਵਰਗ ਦੇ ਸੁਖ ਹੈ ਨਾ, ਇੰਦਰ ਦੇ ਰਾਜ ਵਰਗੇ ਵੀ, ਉਹ ਵੀ ਕੱਖ ਦੀ ਤਰ੍ਹਾਂ ਇਉਂ ਲੱਗਦਾ ਜਿਵੇਂ ਉਹਨਾਂ ਨੇ ਤਿਆਗ ਦਿੱਤੇ ਆ। ਕੋ ਮਿਲ ਕਰ ਹਰ ਕਥਾ ਰਸਾਲਾ। ਕੋਈ ਇਹੋ ਜਿਹੇ ਸਾਧੂ ਹੈ ਜਿਹੜੇ ਮਿਲ ਕਰਕੇ ਵਾਹਿਗੁਰੂ ਦੇ ਮਿਲਣ ਦੀ ਗਿਆਨ ਦੀ ਕਥਾ ਕਰਦੇ ਹੈ, ਇਹੋ ਜੀ ਕਥਾ ਜਿਹੜੀ ਰਸਾਂ ਦਾ ਆਲਾ ਘਰ ਹੀ ਹੈ। ਪੜ੍ਹੇ ਸੁਣੇ ਤਰ ਪ੍ਰੇਮ ਵਿਸਾਲਾ। ਪੜ੍ਹਦੇ ਹੈ ਸੁਣਦੇ ਹੈ, ਬਹੁਤ ਜ਼ਿਆਦਾ ਪਿਆਰ ਹਿਰਦੇ ਦੇ ਅੰਦਰ ਧਾਰ ਕਰਕੇ ਪਰਮੇਸ਼ਰ ਦੀ ਜਸ ਦੀ ਕਥਾ ਕਰਦੇ ਸੁਣਦੇ ਹਨ। ਸਭ ਕੋ ਇੱਕ ਮਹੰਤ ਸੋ ਕੈਸਾ। ਉਹਨਾਂ ਦੇ ਅੰਦਰ ਇੱਕ ਮਹੰਤ ਹੈ ਸਾਰਿਆਂ ਦਾ ਮੁਖੀਆ, ਉਹ ਕੈਸਾ ਹੈ। ਮਨੋ ਸਰੀਰ ਧਾਰ ਤਪ ਬੈਸਾ। ਇਉਂ ਲੱਗਦਾ ਉਸਦੀ ਮੂਰਤ ਵੇਖ ਕਰਕੇ ਜਾਣੋ ਤਪ ਨੇ ਹੀ ਸਰੀਰ ਧਾਰਨ ਕੀਤਾ ਹੋਵੇ, ਇਹੋ ਜਿਹਾ ਪ੍ਰਤਾਪੀ ਚਿਹਰਾ ਹੈ। ਤਰ ਤਵਕ ਕੀ ਕਟ ਕੀਨ ਕੁਪੀਨਾ। ਇਸ ਪ੍ਰਕਾਰ ਜਿਹੜੀ ਜੋ ਇਸ ਪ੍ਰਕਾਰ ਜਿਹੜੇ ਰੁੱਖਾਂ ਦੀ ਉਹਨੇ ਜਿਹੜੀ ਹੈ ਨਾ, ਉਹ ਤਾਂ ਜਿਹੜੀ ਆਪਣੇ ਲੱਕ ਦੇ ਨਾਲ ਧੋਤੀ ਬੰਨੀ ਹੋਈ ਆ ਰੁੱਖਾਂ ਦੇ ਛਿੱਲੜਾਂ ਦੀ, ਤੇ ਇਸ ਪ੍ਰਕਾਰ ਜਿਹੜੀ ਹੈ ਹਿਰਨ ਦੀ ਮ੍ਰਿਗਸ਼ਾਲਾ ਦੀ ਉਸਨੇ ਜਿਹੜਾ ਆਸਣ ਕੀਤਾ ਹੋਇਆ ਏ। ਮ੍ਰਿਗਸ਼ਾਲਾ ਪਰ ਆਸਣ ਕੀਨਾ। ਫਿਰ ਪਿਛਲੀ ਪੰਕਤੀ ਪੜੋ। ਤਰ ਤਵਕ ਕੀ ਕਟ ਕੀਨ ਕੁਪੀਨਾ। ਜਿਹੜਾ ਤਰ ਬ੍ਰਿਗਸ਼ ਵੈ ਉਹਦੀਆਂ ਛਿੱਲੜਾਂ ਦੀ ਇਸ ਪ੍ਰਕਾਰ ਨਾ ਲੱਕ ਦੇ ਨਾਲ ਕੁਪੀਨਾ ਧੋਤੀ ਜਿਹੜੀ ਆ ਉਹ ਬੰਨੀ ਹੋਈ ਹੈ। ਮ੍ਰਿਗਸ਼ਾਲਾ ਪਰ ਆਸਣ ਕੀਨਾ। ਮ੍ਰਿਗਸ਼ਾਲਾ ਦੇ ਉੱਤੇ ਆਸਣ ਕੀਤਾ ਹੋਇਆ ਏ। ਭਾਰੀ ਜਟਾ ਮੁਕਟ ਜਿਹੇ ਸੀਸਾ। ਬਹੁਤ ਭਾਰੀਆਂ ਜਟਾਵਾਂ ਹਨ, ਇਉਂ ਜਿਵੇਂ ਸੀਸ ਦਾ ਮੁਕਟ ਹੀ ਹੋਵੇ। ਬੈਠੇ ਹੋਰਦੈ ਭਜਤ ਜਗਦੀਸਾ। ਬੈਠੇ ਹੋਏ ਹਨ ਉਹ ਮਹੰਤ ਜੀ ਤੇ ਆਪਣੇ ਅੰਦਰ ਜਗਤ ਦੇ ਮਾਲਕ ਪਰਮੇਸ਼ਰ ਦਾ ਭਜਨ ਕਰ ਰਹੇ ਹੈ। ਤਿਨਹੇ ਬਿਲੋਕ ਠਾਂਡ ਹੋਏ ਰਹੇ। ਤਿੰਨਾਂ ਸਾਧੂਆਂ ਨੂੰ ਵੇਖ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਭਾਈ ਬਾਲਾ ਜੀ ਕਹਿੰਦੇ ਖੜੇ ਹੋ ਗਏ। ਮੁਝ ਸੋਂ ਅਸ ਬਚ ਕੋਮਲ ਕਹੇ। ਮੇਰੇ ਤਾਈਂ ਇਹੋ ਜੇ ਕੋਮਲ ਬਚਨ ਸਤਿਗੁਰੂ ਜੀ ਨੇ ਤਿਸ ਸਮੇਂ ਕਹੇ। ਬਨਜ ਭਲੋ ਹਮ ਇਹ ਠਾਂ ਪਾਇਓ। ਹੇ ਭਾਈ ਬਾਲਾ, ਜਿਹੜਾ ਖਰਾ ਸੌਦਾ ਹੈ ਨਾ ਭਲਾ ਬਣਜ, ਉਹ ਤਾਂ ਅਸੀਂ ਇਸ ਥਾਂ ਤੇ ਲੱਭ ਲਿਆ ਏ। ਯਾ ਕੋ ਤਜਨੋ ਮਨ ਨਹਿ ਪਾਇਓ। ਇਸ ਖਰੇ ਸੌਦੇ ਨੂੰ ਛੱਡਣਾ ਸਾਡੇ ਮਨ ਨੂੰ ਨਹੀਂ ਪਾਉਂਦਾ ਹੈ। ਪਾਏ ਅਮੋਲ ਜੋ ਮਗ ਮਹਿ ਹੀਰਾ। ਜੇ ਰਸਤੇ ਵਿਚ ਚੱਲਦਿਆਂ ਹੋਇਆ ਅਮੋਲਕ ਜੇ ਕੋਈ ਹੀਰਾ ਪਾ ਲਵੇ। ਫਟਕ ਨਾ ਬਨਜੇ ਜੇ ਮਤ ਧੀਰਾ। ਜਿਹੜੇ ਧੀਰਜ ਮਤ ਵਾਲੇ ਹੁੰਦੇ ਆ ਨਾ ਸਿਆਣੇ, ਉਹ ਫਿਰ ਫਟਕ ਕੌਡੀਆਂ ਦਾ ਵਣਜ ਨਹੀਂ ਕਰਦੇ ਜੇ ਉਹਨਾਂ ਨੂੰ ਰਸਤੇ ਵਿੱਚ ਹੀਰਾ ਮਿਲ ਜਾਵੇ। ਖੋਜਤ ਮੱਧ ਪਯੂਖ ਕਰ ਆਈ। ਅਸੀਂ ਤਾਂ ਖੋਜ ਰਹੇ ਸੀ, ਸ਼ਹਿਦ ਲੈਣ ਨੂੰ ਤੁਰੇ ਸੀ, ਪਰ ਅੰਮ੍ਰਿਤ ਹੀ ਹੱਥ ਆ ਗਿਆ ਏ। ਜੋ ਜਾਣਹਿ ਨਿਜ ਭਾਗ ਭਲਾਈ। ਜਿਹੜੇ ਜਾਣਦੇ ਹਨ ਆਪਣੇ ਭਾਗਾਂ ਦੀ ਭਲਿਆਈ, ਕਿਸ ਮੇਰਾ ਬਹੁਤ ਭਲਾ ਹੋਵੇ। ਬਹੁਰ ਪਿਤਾ ਕੀ ਆਗਿਆ ਜੋ। ਬਹੁਰੋ ਭਾਈ ਬਾਲਾ, ਪਿਤਾ ਜੀ ਦੀ ਜਿਹੜੀ ਆਗਿਆ ਹੈ। ਭਲੋ ਬਨਜ ਕਰਨੀ ਕੀ ਸੋ। ਭਲਾ ਬਨਜ ਹੀ ਕਰਨ ਦੀ ਆਗਿਆ ਨਾ, ਖਰਾ ਸੌਦਾ ਕਰਨ ਦੀ ਆਗਿਆ ਹੈ। ਯਾ ਤੇ ਬਨਜ ਲਾਭ ਦਾ ਔਰ ਨਾ। ਇਸ ਤੋਂ ਵੱਡਾ ਲਾਭ ਵਾਲਾ ਬਨਜ ਸੌਦਾ ਜਿਹੜਾ ਕੋਈ ਹੋਰ ਨੀ ਸਾਨੂੰ ਖਰਾ ਦਿਸਦਾ। ਫਿਰ ਦੇਖੋ ਜੇ ਸਭ ਹੀ ਠੌਰਨ। ਜੇ ਸਭ ਥਾਵਾਂ ਤੇ ਫਿਰ ਕਰਕੇ ਵੇਖਣਾ ਕਰੀਏ ਤੇ ਇਸ ਤੋਂ ਖਰਾ ਸੌਦਾ ਕੋਈ ਹੋਰ ਨਹੀਂ ਦਿਸੇਗਾ। ਇਹ ਰਜਤ ਪਨ ਇਨਹੇ ਚੜਾਵਹੇ। ਇਹ ਜਿਹੜੇ 20 ਰੁਪਈਏ ਭਾਈ ਬਾਲਾ,
ਸਾਡਾ ਮਨ ਹੈ ਕਿ ਇਹਨਾਂ ਸਾਧੂਆਂ ਨੂੰ ਚੜਾ ਦਈਏ। ਅਸਨ ਬਸਨ ਤੇ ਲੈ ਸੁਖ ਪਾਵਹੇ, ਇਹ ਭੋਜਨ ਲੈ ਲੈਣਗੇ, ਵਸਤਰ ਲੈ ਲੈਣਗੇ ਤੇ ਸੁਖ ਪਾਉਣਗੇ। ਆਸ ਸੁਣ ਕਰ ਬਚ ਬੇਦੀ ਬਰ ਕੇ, ਭਾਈ ਬਾਲਾ ਜੀ ਕਹਿੰਦੇ ਨੇ ਬੇਦੀਆਂ ਦੇ ਬਰ ਸ਼੍ਰੋਮਣੀ ਸ੍ਰੇਸ਼ਟ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਇਹੋ ਜੇ ਬਚਨ ਸੁਣ ਕਰਕੇ। ਮੈਂ ਬੋਲਿਓ ਕਾਲੂ ਦਿਸ਼ ਡਰ ਕੇ, ਉਸ ਸਮੇਂ ਮੈਂ ਬੋਲਿਆ ਬਾਬਾ ਕਾਲੂ ਜੀ ਦੇ ਵੱਲੋਂ ਡਰ ਧਾਰ ਕਰਕੇ। ਬਨ ਕਨ ਜਿਉ ਬਨਜਨ ਧਨ ਹੇਤੂ, ਮਹਾਰਾਜ ਇਹ ਜਿਹੜਾ 20 ਰੁਪਈਏ ਹੈ ਨਾ, ਇਹ ਬਾਣੀਆਂ ਦੀ ਤਰ੍ਹਾਂ ਵਪਾਰ ਕਰਨ ਵਾਸਤੇ। ਤੁਮ ਕੋ ਭੇਜਿਓ ਕਿਰਪਾ ਨਿਕੇਤੂ, ਇਹ ਕਿਰਪਾ ਦੇ ਘਰ ਗੁਰੂ ਨਾਨਕ ਸਾਹਿਬ ਤੁਹਾਨੂੰ ਤੁਹਾਡੇ ਪਿਤਾ ਜੀ ਨੇ ਬਾਣੀਆਂ ਦੀ ਤਰ੍ਹਾਂ ਲਾਭ ਵਾਲਾ ਸੌਦਾ ਕਰਨ ਲਈ ਭੇਜਿਆ ਏ। ਪੁੰਨ ਤੁਮ ਜਨ ਕਹੇ ਕਠਨ ਸੁਭਾਊ, ਫਿਰ ਤੁਹਾਡੇ ਪਿਤਾ ਜੀ ਦਾ ਜਿਹੜਾ ਸੁਭਾਅ ਏ ਉਹ ਵੀ ਬੜਾ ਕਠਨ ਮੈਂ ਬੜਾ ਗੁੱਸੇ ਵਾਲਾ ਏ। ਗੁਨਹ ਆਪ ਮੁਝ ਦੋਸ਼ ਨਾ ਕਾਊ, ਹੁਣ ਆਪ ਸੋਚ ਲਵੋ ਵਿਚਾਰ ਲਵੋ ਫਿਰ ਮੈਨੂੰ ਕੋਈ ਦੋਸ਼ ਨਾ ਦਿਓ। ਪਿਤਾ ਪੁੱਤਰ ਕਰ ਲੈ ਹੁਣ ਬੇਰੋ, ਫਿਰ ਤੁਸੀਂ ਪਿਤਾ ਪੁੱਤਰ ਹੀ ਦੋਵੇਂ ਇਸ ਗੱਲ ਦਾ ਨਿਬੇੜਾ ਜਿਹੜਾ ਹੈ ਨਾ ਉਹ ਕਰ ਲੈਣਾ ਕਰਿਓ। ਮੈਂ ਹੋਂ ਦਾਸ ਨਾ ਕਰੇ ਸੋਚੇਰੋ, ਮੈਂ ਤਾਂ ਦਾਸ ਹਾਂ ਤੁਹਾਡਾ ਸੇਵਕ ਹਾਂ ਮੈਂ ਤਾਂ, ਮੇਰੇ ਨਾਲ ਨਾ ਫਿਰ ਕੋਈ ਝਗੜਾ ਕਰਨਾ ਕਰਿਓ। ਜਿਉ ਮਨ ਆਏ ਕਰੋ ਤਿਓ ਕਰ, ਜਿਸ ਤਰ੍ਹਾਂ ਤੁਹਾਡੇ ਮਨ ਵਿੱਚ ਆਉਂਦਾ ਹੈ ਇਸ ਤਰ੍ਹਾਂ ਤੁਸੀਂ ਕੰਮ ਜਿਹੜਾ ਉਹ ਕਰ ਲੈਣਾ ਕਰੋ। ਹਾਂ ਤੋ ਨਿਤ ਰਾਵਰ ਅਨੁਸਾਰ, ਮੈਂ ਤਾਂ ਸਦਾ ਹੀ ਮਹਾਰਾਜ ਤੁਹਾਡੇ ਅਨੁਸਾਰੀ ਹਾਂ। ਖੇਲਤ ਜਬੈ ਬਾਲਕਨ ਮਾਹੀ, ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਨੂੰ ਕਹਿੰਦੇ ਆ ਮਹਾਰਾਜ ਜਦੋਂ ਤੋਂ ਬਾਲਕ ਬਚਪਨ ਅਵਸਥਾ ਸੀ ਸ਼੍ਰੀ ਗੁਰੂ ਜੀ ਦੇ ਨਾਲ ਮੈਂ ਬਾਲਕਾਂ ਵਿੱਚ ਖੇਡਿਆ ਕਰਦਾ ਸਾਂ, ਤਬ ਹੀ ਸੰਗ ਤਜਿਓ ਮੈਂ ਨਾਹੀ, ਤਦੋਂ ਤੋਂ ਹੀ ਮਹਾਰਾਜ ਦਾ ਮੈਂ ਸੰਗ ਕਦੇ ਸਤਿਗੁਰਾਂ ਦੀ ਸੰਗਤ ਨਹੀਂ ਸੀ ਛੱਡੀ। ਜਿਉ ਜਿਉ ਮੁਝ ਕੋ ਦੇਤ ਰਜਾਈ, ਜਿਵੇਂ ਜਿਵੇਂ ਮਹਾਰਾਜ ਬਚਪਨ ਤੋਂ ਹੀ ਮੈਨੂੰ ਆਗਿਆ ਦਿੰਦੇ ਸੀਗੇ ਤਿਉ ਤਿਉ ਕਰੋ ਸਦਾ ਸੁਖ ਪਾਈ, ਤਿਵੇਂ ਤਿਵੇਂ ਮੈਂ ਕਰਦਾ ਸਾਂ ਸਦਾ ਮੈਂ ਸੁਖ ਪਾਇਆ ਸਤਿਗੁਰਾਂ ਜੀ ਦੀ ਆਗਿਆ ਪਾ ਕਰਕੇ। ਕਰਨੋ ਚਿੱਤ ਕਰੀਏ ਗੁਣ ਔਰ ਮੈਂ, ਕਿਹਾ ਮਹਾਰਾਜ ਮੈਂ ਕਿ ਸਤਿਗੁਰੂ ਜੀ ਆਪ ਜੀ ਦੇ ਜੋ ਮਨ ਦੇ ਅੰਦਰ ਉਚਿਤ ਯੋਗ ਕਰਨਾ ਹੈ ਆਪ ਚਾਹੁੰਦੇ ਹੋ ਉਹੋ ਹੀ ਗੁਣਾਂ ਦੇ ਘਰ ਸਤਿਗੁਰੂ ਜੀ ਆਪ ਕਰਨਾ ਕਰੋ। ਅਸ ਕਹਿ ਮੈਂ ਦੀਨੋ ਧਨ ਕਰ ਮੈਂ, ਇਸ ਤਰ੍ਹਾਂ ਕਹਿ ਕਰਕੇ ਭਾਈ ਬਾਲਾ ਜੀ ਕਹਿੰਦੇ ਉਹ ਜਿਹੜਾ ਧਨ ਸੀ ਨਾ 20 ਰੁਪਈਏ ਉਹ ਸ਼੍ਰੀ ਗੁਰੂ ਜੀ ਦੇ ਘਰ ਕਮਲਾਂ ਵਿੱਚ ਮੈਂ ਦੇ ਦੇਣਾ ਕੀਤਾ। ਇਵੇਂ ਭਾਈ ਬਾਲਾ ਜੀ ਸੱਚੇ ਪਾਤਸ਼ਾਹ ਜੀ ਨੂੰ ਪਹਿਲਾਂ ਮਹਾਰਾਜ ਦੇ ਪਿਤਾ ਜੀ ਵੱਲੋਂ ਦੱਸ ਵੀ ਦਿੱਤਾ ਹੈ ਤੇ ਮਹਾਰਾਜ ਫਿਰ ਮੈਨੂੰ ਨਾ ਕੋਈ ਦੋਸ਼ ਦਿਓ, ਤੁਹਾਡੇ ਪਿਤਾ ਜੀ ਦਾ ਸੁਭਾਅ ਬੜਾ ਸਖਤ ਵੈ, ਇਉਂ ਦੱਸ ਦਿੱਤਾ ਹੈ। ਪਰ ਸ਼੍ਰੀ ਗੁਰੂ ਜੀ ਹੁਣ ਉਹਨਾਂ 20 ਰੁਪਈਆਂ ਦਾ ਕਿਵੇਂ ਸਤਿਗੁਰੂ ਜੀ ਲੰਗਰ ਲਾਉਂਦੇ ਹੈ, ਸਾਧੂਆਂ ਦੀ ਕਿਵੇਂ ਤ੍ਰਿਪਤੀ ਕਰਦੇ ਆ ਸੱਚੇ ਪਾਤਸ਼ਾਹ, ਇਹ ਅੱਗੇ ਇਤਿਹਾਸ ਆਵੇਗਾ। ਕੱਲ੍ਹ ਨੂੰ ਆਪਾਂ ਇਸ ਤੋਂ ਅੱਗੇ ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਕਰਨੋ ਚਿਤ ਕਰੀਏ ਗੁਣ ਔਰ ਮੈਂ, ਅਸ ਕਹੇ ਮੈਂ ਦੀਨੋ ਧਨ ਕਰ ਮੈਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ, हे पूरन हे सर्ब में दुख भंजन गुण तास, हे संगी हे निरंकार हे निर्गुण सब टेक, हे गो
ਬਿਰੰਦ ਹੈ ਗੁਣ ਨਿਧਾਨ ਜਾ ਕੈ ਸਦਾ ਬਿਬੇਕ ਅਪਰੰਪਰ ਹਰ ਹਰੇ ਹਰ ਪੀ ਹੋਣ ਹਾਰ ਸੰਤ ਕੈ ਸਦਾ ਸੰਗ ਨਿਧਾਰਾ ਆਧਾਰ ਠਾਕੁਰ ਹਾਂ ਦਾਸ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰੱਖੋ ਹੀ ਪਰੋਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੋ ਸਿੰਘ ਸੋ ਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।